ਜਮਾ ਕਰਵਾਵੇ ਨਾਲੇ ਸਲਿੱਪ ਲੈ ਜਾਓ ਬਾਈ ਜੀ ਤਾਂ ਕਿ ਅਸੀਂ ਫੇਰ ਵਿੱਚ ਟੀਮਾਂ ਐਂਟਰ ਕਰਨੀਆਂ ਵੀ ਉਹਨਾਂ ਦੇ ਐਂਟਰੀ ਫੀਸ ਆਊਗੀ ਜਾਂ ਸਾਨੂੰ ਦੱਸ ਜਾਣੇ ਆਉਣਾ ਜਾਂ ਨਹੀਂ ਆਉਣਾ ਮੋਦਲੇ ਪਾਸੇ ਕੰਤਾ ਮਰਾਨ ਦੇ ਵਿੱਚ ਵੇਖਾਂਗੇ ਮੁੰਡਾ ਦਬਾਬੇ ਵਾਲਾ ਸ਼ਾਹਕੋਟ ਦੇ ਲਾਗੇ ਕਹਿੰਦੇ ਪਾਸਲਾ ਪਿੰਡ ਹੈ ਜਾਫੀ ਦਾ ਤੇ ਸੀਐਲ ਕਹਿੰਦੇ ਓਪਨ ਦੇ ਵਿੱਚ ਪ੍ਰਵੇਸ਼ ਕੀਤਾ ਹੈ ਤੇ ਸਿਰੇ ਦੇ ਜੱਫੇ ਲਾਉਂਦਾ ਹੈ ਲਓ ਕੰਤਾ ਮਰਾਨ ਦੇ ਵਿੱਚ ਵੇਖਾਂਗੇ ਲਾ ਤਗੜਾ ਜੱਫਾ ਤੇ ਆਪਦੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰ ਗਿਆ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਲਈ ਲਓ ਸਰਾਵਾਂ ਵਾਲਾ ਮੁੰਡਾ ਫਰੀਦਕੋਟੀਆ ਕਿ ਮੁੰਡਿਆ ਵੇ ਮੁੰਡਿਆ ਫਰੀਦਕੋਟੀਆ ਵੀ ਤੇਰੇ ਬੁੱਲਾਂ ਦੇ ਸ਼ਰਾਰਤ ਨੱਚਦੀ ਹੈ ਵੀ ਤੇਰੇ ਨੈਣਾਂ ਦੇ ਸ਼ਰਾਰਤ ਨੱਚਦੀ ਹੈ ਇਹ ਪਲੇਅਰ ਕਹਿੰਦੇ ਇਸ ਸਾਲ ਮਲੇਸ਼ੀਆ ਦੇ ਮੈਦਾਨਾਂ ਦੇ ਵਿੱਚ ਖੇਡ ਕੇ ਆਇਆ ਹੈ ਤੇ ਪੰਜਾਬ ਦੇ ਕੱਪਾਂ ਦੇ ਵੀ ਕਹਿੰਦੇ ਤਗੜੀਆਂ ਕਬੱਡੀਆਂ ਪਾਉਂਦਾ ਹੈ ਲੋ ਅਮਨ ਸਰਾਵਾਂ ਵਾਲਾ ਜਿਹੜੇ ਪਿੰਡ ਦੇ ਸੁਖਵੀਰ ਨੂੰ ਕਹਿੰਦੇ ਦੁਰਗਾ ਜਾਣਦੀ ਹੈ ਵੱਡਾ ਨਾਮ ਹੈ ਸੇਵ ਕਬੱਡ ਖਾਣੇ ਦਾ ਆਹ ਵੇਖਾਂਗੇ ਪੁਆਇੰਟ ਜਿਹੜਾ ਅਮਨ ਆਪਣੀ ਟੀਮ ਲਈ ਜੋੜਦਾ ਇਧਰਲੇ ਪਾਸੇ ਅਗਲੀ ਕਬੱਡੀ ਪਾਉਣ ਲਈ ਲਓ ਮੈਦਾਨ ਦੇ ਵਿੱਚ ਵੇਖਾਂਗੇ ਪਾਲਾ ਕਰੀਆਂ ਦੀ ਧਰਤੀ ਦਾ ਵਾਧਾ ਉੱਚਾ ਲੰਮਾ ਕੱਦ ਹੈ ਤੇ ਉਧਰਲੇ ਪਾਸੇ ਚਾਰ ਜਾਫੀਆਂ ਸਿਰੇ ਤੇ ਜਾਫੀ ਹੈ ਬਗੀਚਾ ਮੈਦਾਨ ਦੇ ਵਿੱਚ ਵੇਖਾਂਗੇ ਭਾਵੇਂ ਨਹੀਂ ਪੁੱਜਿਆ ਪਰ ਸ਼ਿੰਦਰ ਵਰਗੇ ਪੇਪਰ ਦੀਆਂ ਸਾਰੀਆਂ ਟੀਮਾਂ ਮੈਚ ਆਪਣੇ ਨੋਟ ਕਰ ਲੈਣਾ ਜਨੇਰ ਤੇ ਘੋੜੀਆ ਢਲ ਖੁਰ ਤੇ ਉਮਰੀਆਣਾ ਮਲਕ ਦੇ ਬੀਜਾਪੁਰ ਜਗਰਾਉਂ ਤੇ ਪਿੰਡਰ ਬੀ ਅਕਾਲਸਰ ਮੋਗਾ ਤੇ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਬੱਡੀ ਕਲੱਬ ਸਨੇਰ ਜੱਸੀ ਕਲੱਬ ਚਾਂਦਾ ਤੇ ਕੋਟਕੋੜ ਦੋਦਾ ਵਰਸੇ ਲੰਗੋਦੇਵਾ ਇਹ ਸਾਰੀਆਂ ਟੀਮਾਂ ਆਪਣੇ ਮੈਚ ਜਿਹੜੇ ਨੋਟ ਕਰ ਲੈਣਾ ਇਸ ਤੋਂ ਬਾਅਦ ਜਨੇਰ ਤੇ ਘੋੜੀਆ ਚੱਲਦੇ ਮੈਚ ਵਿੱਚ ਪੁੱਜਣਗੀਆਂ ਭਾਗਪੁਰ ਗਗੜਾ ਤੇ ਢਲ ਕਲਾਂ ਦਾ ਪਹਿਲਾ ਮੈਚ ਹੈ ਐਂਡਗੜ ਤੇ ਕਰੀਆਂ ਦਾ ਮੈਚ ਚੱਲਦਾ ਹੈ ਭਾਗਪੁਰ ਗਗੜਾ ਤੇ ਢਲ ਕਲਾਂ ਦੀ ਟੀਮ ਗਰਾਊਂਡ ਦੇ ਵਿੱਚ ਜਲਦੀ ਪੁੱਜ ਜਾਵੇ ਜਨੇਰ ਤੇ ਘੋੜੀਆ ਕਲਾਂ ਢਲ ਖੁਰ ਤੇ ਉਮਰੀਆਣਾ ਬਾਈ ਮੈਚ ਨਹੀਂ ਪਿੱਛੇ ਹੋਣਾ ਕਿਸੇ ਦਾ ਵੀ ਨਾ ਹੀ ਕੋਈ ਆਇਓ ਹੱਥ ਬੰਨ ਕੇ ਬੇਨਤੀ ਹੈ ਸਾਰੇ ਪਲੇਅਰਾਂ ਨੂੰ ਸਾਡੀ ਮਜਬੂਰੀ ਸਮਝਿਓ ਅਸੀਂ 7 ਜਾਂ 8 ਵਜੇ ਨੂੰ ਇਹ ਮੈਚ ਸਮਾਪਤ ਕਰਨੇ ਆ ਜਿਹੜੀ ਟੀਮ ਗਰਾਊਂਡ ਵਿੱਚ ਨਾ ਪਹੁੰਚੀ ਅਸੀਂ ਉਹ ਟੀਮ ਕੱਢ ਦੇਣੀ ਆ ਪ੍ਰਬੰਧਕਾਂ ਦਾ ਫੈਸਲਾ ਹੈ ਹਾਂਜੀ ਵੀਰੇ ਬੇਨਤੀ ਹੈ ਭਾਗਪੁਰ ਤੇ ਕੱਲਾਂ ਨੂੰ ਆਵਾਜ਼ ਦੇ ਦਿਓ ਜੀ ਭਾਗਪੁਰ ਗਗੜਾ ਤੇ ਢਲ ਕਲਾਂ ਜਨੇਰ ਤੇ ਘੋੜੀਆ ਉਸ ਤੋਂ ਬਾਅਦ ਮਲਕ ਤੇ ਬੀਜਾਪੁਰ ਪਿੰਡਰ ਤੇ ਜਗਰਾਉਂ ਬੀ ਤੇ ਪਿੰਡਰ ਬੀ ਅਕਾਲਸਰ ਮੋਗਾ ਤੇ ਸਨੇਰ ਜੱਸੀ ਕਲੱਬ ਚਾਂਦਾ ਤੇ ਕੋਟਕੋਟ ਕਲਾਂ ਦੋਦਾ ਤੇ ਲੰਗੋਦੇਵਾ ਇਹ ਸਾਰੀਆਂ ਟੀਮਾਂ ਆਪਣੇ ਮੈਚਾਂ ਲਈ ਤਿਆਰ ਬਰ ਤਿਆਰ ਰਹਿਣ ਹਾਂਜੀ ਵੀਰੇ ਬੇਨਤੀ ਆ ਭਾਗਪੁਰ ਗਗੜਾ ਤੇ ਢਲ ਕਲਾਂ ਦੋਨੇ ਟੀਮਾਂ ਮੇਰੇ ਗਰਾਊਂਡ ਦੇ ਲਾਗੇ ਪੁੱਜਣ ਦੋਨੇ ਟੀਮਾਂ ਕਿਤੇ ਨਜ਼ਰ ਨਹੀਂ ਆ ਰਹੀਆਂ ਲਵਾ ਵੇਖਾਂਗੇ ਮੁੰਡਾ ਗਿੱਲ ਪਰਿਵਾਰ ਦਾ ਇੰਦਗੜੀਆ ਗਿੱਲ ਮੈਦਾਨ ਦੇ ਵਿੱਚ ਵੜ ਕੇ ਟਰਾਈ ਕਰਦਾ ਚੱਲ ਵੀ ਅੰਤਰਾ ਪਾ ਵੀ ਅਗਲੀ ਕਬੱਡੀ ਮੁੰਡੇ ਦਾ ਜ਼ਿਲ੍ਹਾ ਲੁਧਿਆਣਾ ਸ਼ਤਮਾ ਬੇੜ ਦੇ ਲਾਗੇ ਕਰਕੇ ਵਸਦਾ ਪਿੰਡ ਹੈ ਜਿਹੜੇ ਪਿੰਡ ਦਾ ਆਵਣਾ ਵੀ ਕਹਿੰਦੇ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿਣ ਬਸੇਰੇ ਕਰਦੇ ਹੈ ਤੇ ਅਮਰੂ ਵੀ ਐਣ ਕਹਿੰਦੇ ਕਬੱਡੀ ਦਾ ਸਿਰੇ ਦਾ ਜਾਫੀ ਹੈ ਆਹ ਅਮਰੂ ਦਾ ਛੋਟਾ ਵੀਰ ਹੈ ਉਧਰਲੇ ਪਾਸੇ ਜਾਫੀ ਨੇ ਲਾ ਤਗੜਾ ਜੱਫਾ ਤੇ ਆਪਦੀ ਟੀਮ ਲਈ ਇੱਕ ਨੰਬਰ ਦਾ ਵਾਧਾ ਕੀਤਾ ਹੈ ਅਮਰੂ ਵੀ ਅੱਜ ਪੁੱਜਿਆ ਹੈ ਬਹੁਤ ਬਹੁਤ ਧੰਨਵਾਦ ਹੈ ਠੱਕਰ ਝੰਡੇ ਦਾ ਹਰਦੇਵ ਵੀ ਪੁੱਜਿਆ ਹੈ ਦੁਨੀਆਂ ਦੇ ਜਿੰਨੇ ਵੀ ਸਟਾਰ ਪੁੱਜੇ ਆ ਬਹੁਤ ਬਹੁਤ ਧੰਨਵਾਦ ਕਰਾਂਗੇ ਉੱਥੇ ਘਲਕੜਾ ਵਾਲੇ ਅੰਬੂ ਵਰਗੇ ਵੀ ਪੁੱਜੇ ਹੈ ਉਹਨਾਂ ਨੂੰ ਮੇਰੇ ਬੇਨਤੀ ਹੈ ਗਰਾਊਂਡ ਦੇ ਲਾਗੇ ਜਲਦੀ ਪੁੱਜਣ ਉਧਰਲੇ ਪਾਸੇ ਅਗਲੀ ਕਬੱਡੀ ਮੈਦਾਨ ਦੇ ਵਿੱਚ ਵੇਖਾਂਗੇ ਪਾਲੇ ਦੀ ਅੱਗੇ ਇਧਰਲੇ ਪਾਸੇ ਸਰਾਵਾਂ ਵਾਲਾ ਮੁੰਡਾ ਸਰਾਵਾਂ ਵਾਲਾ ਮੈਦਾਨ ਦੇ ਵਿੱਚ ਵੇਖਾਂਗੇ ਲੱਖਾ ਬਣ ਕੇ ਟਰਾਈ ਕਰਦਾ ਹੈ ਕਿ ਚੜ੍ਹਦੀ ਜਵਾਨੀ ਦਾ ਨੀ ਮਾਣ ਕਰੀਦਾ ਵੀ ਸੱਪਾਂ ਦੀਆਂ ਸਿਰੀਆਂ ਨੀ ਪੈਰ ਧਰੀਦਾ ਕਿ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਵੀ ਸਾਡੇ ਬਾਰੇ ਦਿਲ ਵਿੱਚ ਰੱਖੀ ਦਾ ਭੁਲੇਖਾ ਵੀ ਰੋਲ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਉਧਰ ਮੇਰੇ ਬੇਨਤੀ ਆ ਜਿਹੜੇ ਮੋਟਰਸਾਈਕਲ ਸੜਕ ਤੇ ਲਾ ਰਹੇ ਆ ਬੇਨਤੀ ਵੀਰੇ ਸਟੈਂਡ ਦੇ ਵਿੱਚ ਲਾਉਣ ਇਹਨੇ ਕਿ ਬੇਨਤੀ ਨੂੰ ਪ੍ਰਵਾਨ ਕਰਨਾ ਇੰਦਗੜ ਦੀ ਟੀਮ ਵੀਰੇ ਜੇਤੂ ਇਸ ਮੈਚ ਦੇ ਵਿੱਚੋਂ ਨੋਟ ਕਰ ਲਓ ਜੀ ਇੰਦਗੜ ਦੀ ਟੀਮ ਇੰਦਗੜ ਦੀ ਟੀਮ ਜਿੱਤ ਗਈ ਹੈ ਜੀ ਭਾਗਪੁਰ ਗਗੜਾ ਦੇ ਮੇਰੇ ਘਲ ਕਲਾ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਦੋਨੇ ਟੀਮਾਂ ਨਹੀਂ ਪੁੱਜੀਆਂ ਹੈਲੋ ਗਗੜੇ ਦੀ ਟੀਮ ਪੁੱਜ ਗਈ ਹੈ ਤੇ ਘਲਾਂ ਦੀ ਟੀਮ ਮੇਰੇ ਗਰਾਊਂਡ ਦੇ ਲਾਗੇ ਜਲਦੀ ਪੁੱਜੇ ਘਲ ਕਲਾ ਵਾਹਿਗੁਰੂ ਅੱਜ ਦਾ ਦਿਨ ਧੰਨ ਧੰਨ ਪੀਰ ਬਾਬਾ ਹਮੂ ਸ਼ਾਹ ਜੀ ਜਿਨ੍ਹਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਸਲੰਨਾ ਜੋੜ ਮੇਲਾ ਔਰ ਐਤਕੀ ਜਿਹੜਾ ਨਾਲ ਉਪਰਾਲਾ ਕਬੱਡੀ ਦਾ ਮਹਾਕੁੰਭ
ਪਿੰਡ ਉਮਰੀਆਣਾ ਕਿਸੇ ਜਾਨ ਪਹਿਚਾਨ ਦੀ ਮੁਹਤਾਜ ਨਹੀਂ ਹੈ ਧਰਤੀ ਕਿਉਂਕਿ ਇਸ ਨਗਰ ਦਾ ਨਾਮ ਜਿਹੜਾ ਪੂਰੀ ਦੁਨੀਆਂ ਦੇ ਵਿੱਚ ਗੂੰਜਿਆ ਔਰ ਅੱਜ ਲੱਗੀਆਂ ਰੌਣਕਾਂ ਕਿ ਹੱਥ ਉੱਤੇ ਹੱਥ ਰੱਖ ਮਿਲਦੀ ਨਹੀਂ ਰੋਟੀ ਵੇਲਾ ਬੰਦਾ ਬੈਠਾ ਕਿ ਕਿਸਮਤ ਖੋਟੀ ਪੜ ਬਾਣੀ ਕਰ ਦੱਸਾਂ ਨੌਹਾਂ ਦੀ ਕਿਰਤ ਉਹਦੀ ਰਜਾ ਵਿੱਚ ਰਹਿਣਾ ਉਹਨੂੰ ਪਾਹੀ ਜਾਂਦਾ ਏ ਰੱਬ ਤੇ ਯਕੀਨ ਰੱਖ ਮਰਦਾ ਨੀ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚ ਅੰਨ ਪਾਈ ਜਾਂਦਾ ਏ ਰੱਬ ਤੇ ਯਕੀਨ ਰੱਖ ਮਰਦਾ ਨੀ ਭੁੱਖਾ ਉਹ ਤਾਂ ਕੀੜਿਆਂ ਦੇ ਮੂੰਹ ਚ ਅੰਨ ਪਾਈ ਜਾਂਦਾ ਏ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਪੰਜਾਬ ਦੀ ਧਰਤੀ ਦੇ ਉੱਤੇ ਲੱਗੀਆਂ ਹੋਈਆਂ ਰੌਣਕਾਂ ਲੈ ਦੋ ਟੀਮਾਂ ਆਹਮੋ ਸਾਹਮਣੇ ਮੈਚ ਖੇਡਣ ਦੇ ਲਈ ਤਿਆਰ ਪਰ ਤਿਆਰ ਨੇ ਜਿੰਨੀਆਂ ਟੀਮਾਂ ਦੇ ਮੈਚ ਬੋਲੇ ਗਏ ਕਿਸੇ ਵੀ ਟੀਮ ਦਾ ਮੈਚ ਪਿੱਛੇ ਨਹੀਂ ਕੀਤਾ ਜਾਣਾ ਇਹ ਸਾਰੀਆਂ ਟੀਮਾਂ ਨੋਟ ਕਰ ਲੈਣਾ ਲੈ ਵੀ ਬਿੱਲਿਆ ਇੱਕ ਵਾਰੀ ਸਾਰੀਆਂ ਟੀਮਾਂ ਨੂੰ ਫਿਰ ਦੱਸ ਵੀ ਕਿਹਦਾ ਮੈਚ ਕਿਹਦੇ ਨਾਲ ਖੇਡਿਆ ਜਾਣਾ ਹੈ ਹਾਂਜੀ ਭਾਗਪੁਰ ਗਗੜਾ ਤੇ ਘੱਲਗਲਾ ਘੱਲਾਂ ਦੀ ਟੀਮ ਗਰਾਊਂਡ ਦੇ ਵਿੱਚ ਪੁੱਜੇ ਮੇਰੇ ਬੇਨਤੀ ਹੈ ਦੋ ਮਿੰਟ ਦਾ ਸਮਾਂ ਕੱਲਾਂ ਬਾਰੇ ਮੰਗਲ ਨੂੰ ਮੇਰੇ ਬੇਨਤੀ ਅੰਬੂ ਵਰਗਿਆਂ ਨੂੰ ਇਸ ਤੋਂ ਅਗਲਾ ਮੈਚ ਜਨੇਰ ਤੇ ਘੋੜੀਆ ਕਲਾ ਇਹ ਵੀ ਮੇਰੇ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਜਲਦੀ ਪੁੱਜਣਗੀਆਂ ਇਸ ਤੋਂ ਅੱਗੇ ਵੀ ਹੈ ਤੁਹਾਡੇ ਕੋਲ ਮੈਚ ਕੋਈ ਉਹਦੀ ਲਿਸਟ ਬਾਕੀ ਮੇਰੇ ਕੋਲ ਹੈਗੀ ਹੈ ਮਲਕ ਵਰਸੇ ਬੀਜਾਪੁਰ ਜਗਰਾਓ ਵਰਸੇ ਭਿੰਡਰਬੀ ਅਕਾਲਸਰ ਮੋਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਲੱਬ ਸਨੇਰ ਜੱਸੀ ਕਲੱਬ ਚੌਂਦਾ ਤੇ ਕੋਟ ਕੋਟ ਦੀ ਡਾਂਗ ਉੱਠਣੀ ਹੈ ਕੱਲ ਖੁਰ ਤੇ ਉਮਰੀਆਣਾ ਕਹਿੰਦੇ ਬੂਟੀ ਦਾ ਨਾਂ ਪੂਰੀ ਦੁਨੀਆਂ ਚ ਗੂੰਜਿਆ ਇਸ ਨਗਰ ਨੂੰ ਮਾਣ ਦਿੱਤਾ ਹੈ ਉੱਥੇ ਸਮੁੱਚੀ ਗ੍ਰਾਮ ਪੰਚਾਇਤ ਨਗਰ ਨਿਵਾਸੀ ਇਲਾਕਾ ਨਿਵਾਸੀ ਔਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਵੀਰਾਂ ਨੇ ਇਸ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਉਹਨਾਂ ਫਕੀਰਾਂ ਦੀ ਯਾਦ ਦੇ ਵਿੱਚ ਲੱਗੇ ਹੋਏ ਮੇਲੇ ਦੇ ਵਿੱਚ ਵੱਡੇ ਯੋਗਦਾਨ ਪਾਏ ਆਪਾਂ ਦਿਲੋਂ ਧੰਨਵਾਦ ਕਰਾਂਗੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਉਹਨਾਂ ਪਰਿਵਾਰਾਂ ਨੂੰ ਲੰਬੀਆਂ ਉਮਰਾਂ ਬਖਸ਼ ਜਿਨ੍ਹਾਂ ਨੇ ਵੱਡੇ ਯੋਗਦਾਨ ਪਾਏ ਆਪਾਂ ਸਭ ਪਰਿਵਾਰਾਂ ਦਾ ਦਿਲੋਂ ਧੰਨਵਾਦ ਕਰਾਂਗੇ ਮੈਂ ਬੇਨਤੀ ਕਰਾਂ ਵਿਰੋਧੀ ਟੀਮ ਘੱਲ ਕਲਾਂ ਜਲਦੀ ਤੋਂ ਜਲਦੀ ਕਬੱਡੀ ਦੇ ਮੈਦਾਨ ਦੇ ਵਿੱਚ ਪਹੁੰਚ ਜਾਵੇ ਕਿਉਂਕਿ ਗਰਾਊਂਡ ਖਾਲੀ ਚੰਗਾ ਨਹੀਂ ਲੱਗਦਾ ਸਿਰਫ ਇੱਕ ਮਿੰਟ ਦਾ ਸਮਾਂ ਬਿੱਲਿਆ ਅਗਲਾ ਮੈਚ ਇੱਕ ਵਾਰੀ ਬੋਲਦੇ ਵੀਰ ਇੱਕ ਮਿੰਟ ਦਾ ਸਮਾਂ ਇੱਧਰ ਜਨੇਰ ਤੇ ਵੀਰੇ ਜਨੇਰ ਤੇ ਘੋੜੀਆ ਕਲਾ ਕੱਲਾਂ ਦੀ ਟੀਮ ਮੇਰੇ ਗਰਾਊਂਡ ਦੇ ਵਿੱਚ ਕਿਉਂ ਨਹੀਂ ਪੁੱਜ ਰਹੀ ਲਾਸਟ ਕਾਲ ਆ ਮੇਰੇ ਕੱਲਾਂ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ ਸਰਦਾਰ ਗੁਰਪ੍ਰੀਤ ਸਿੰਘ ਜੀ ਪ੍ਰਧਾਨ ਯਾਰਾਂ ਦੇ ਯਾਰ ਬਰਨਾਲੇ ਪਿੰਡ ਵਾਲੇ ਸਾਡੇ ਵਿੱਚ ਪਹੁੰਚ ਚੁੱਕੇ ਨੇ ਆਪਣੇ ਮਿੱਤਰਾਂ ਦੇ ਨਾਲ ਉੱਥੇ ਲਾਡੀ ਸਰਪੰਚ ਸਾਡਾ ਯਾਰ ਸਲੀਣੇ ਤੋਂ ਔਰ ਲੱਖਾ ਸਾਡਾ ਵੀਰ ਸਿੰਘਪੁਰੇ ਵਾਲਾ ਸਾਰੇ ਭਰਾਵਾਂ ਦਾ ਆਪਾਂ ਜਿਵੇਂ ਜਿਵੇਂ ਪਹੁੰਚ ਰਹੇ ਹੈ ਸਭ ਦਾ ਦਿਲੋਂ ਧੰਨਵਾਦ ਕਰਾਂਗੇ ਅੱਜ ਦਾ ਇਹ ਕਬੱਡੀ ਦਾ ਮਹਾਕੁੰਭ ਜਿਹੜਾ ਹੈ ਕਬੱਡੀ 365.com ਦੇ ਉੱਤੇ ਪੂਰੀ ਦੁਨੀਆ ਦੇਖ ਰਹੀ ਹੈ ਅੱਜ ਉਮਰੀਆਣੇ ਦੀ ਧਰਤੀ ਦੇ ਉੱਤੇ ਲੱਗੀਆਂ ਹੋਈਆਂ ਰੌਣਕਾਂ ਲੈ ਵੀ ਗੁਰਪ੍ਰੀਤ ਸਿੰਘ ਹੁਣ ਸਟੇਜ ਤੇ ਪਹੁੰਚੋ ਤੁਸੀਂ ਤੁਹਾਡਾ ਧੰਨਵਾਦ ਜਿੰਨੇ ਸਾਥੀ ਤੁਹਾਡੇ ਨਾਲ ਪੁੱਜੇ ਹੈ ਘੱਲ ਕਲਾਂ ਦਾ ਸਮਾਂ ਬੀਤ ਚੁੱਕਿਆ ਬਾਅਦ ਵਿੱਚ ਕੋਈ ਇਤਰਾਜ ਨਾ ਕਰੇ ਕਿਉਂਕਿ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਹੈ ਅਗਲੀਆਂ ਦੋਨੋਂ ਟੀਮਾਂ ਜਨੇਰ ਤੇ ਘੋਲੀਆ ਜਨੇਰ ਵਰਸੇ ਘੋਲੀਆ ਕਲਾਂ ਪੈਂਟ ਵਾਲੇ ਵੀਰ ਨੂੰ ਬੇਨਤੀ ਹੈ ਵੀ ਸਟੇਜ ਦੇ ਬਿਲਕੁਲ ਸਾਹਮਣੇ ਰਵੇ ਮੇਰੇ ਕੱਲਾਂ ਦੀ ਟੀਮ ਦੱਸੇ ਖੇਡਣਾ ਕਿ ਨਹੀਂ ਗੱਲ ਕਰਾਂ ਕਿਉਂਕਿ ਕਦੇ ਵੀ ਲੋੜ ਪੈਂਦੀ ਹੈ ਨਾ ਪ੍ਰਬੰਧਕਾਂ ਨੂੰ ਤੇ ਪੈਂਟ ਵਾਲਾ ਵੀਰ ਪਾਸੇ ਨਾ ਜਾਵੇ ਉਧਰਲੇ ਪਾਸੇ ਕੱਲਾਂ ਵਾਲਾ ਅੰਬੂ ਵੀ ਪੁੱਜ ਗਿਆ ਬਹੁਤ ਬਹੁਤ ਧੰਨਵਾਦ ਹੈ ਕੱਲਾਂ ਦੀ ਟੀਮ ਪੁੱਜ ਗਈ ਹੈ ਮੰਗਲ ਵਰਗੇ ਸੋਨੇ ਵਰਗੇ ਕਹਿੰਦੇ ਦੁਰਗਾ ਦੇ ਸਿਰੇ ਦੇ ਜਾਫੀ ਹੈ ਤੇ ਜਿੱਥੇ ਲੱਡੂ ਨੇ ਵੀ ਪਿਛਲੇ ਸੀਜ਼ਨ ਦੇ ਵਿੱਚ ਕਹਿੰਦੇ ਕੋਟਲਾ ਮੇਹਰ ਸਿੰਘ ਵਾਲੇ ਦੇ ਖੇਡ ਮੇਲੇ ਤੋਂ ਬੋਲਟ ਮੋਟਰਸਾਈਕਲ ਜਿੱਤ ਕੇ ਜਿਹੜੀ ਧੰਨ ਧੰਨ ਕਰਵਾਈ ਹੈ ਮੈਂ ਵੀ ਦਰਸ਼ਕ ਵੀਰੋ ਜਿਸ ਖਿਡਾਰੀ ਦੇ ਤੋਂ ਤੁਸੀਂ ਮਾਣ ਕਰਦੇ ਇਲਾਕੇ ਦਾ ਮਾਣ ਕਿੰਨਾ ਕੁ ਪਿਆਰ ਕਰਦੇ ਘੱਲਾਂ ਵਾਲਿਆਂ ਮੋਰ ਇੱਕ ਵਾਰੀ ਤਾੜੀਆਂ ਮਾਰ ਕੇ ਜ਼ਰੂਰ ਦੱਸ ਦਿਓ ਮੇਰੇ ਮਿੱਤਰੋ ਇਹ ਹੈ ਕਬੱਡੀ ਦਾ ਚੜ੍ਹਦਾ ਸੂਰਜ ਇਸ ਇਲਾਕੇ ਦਾ ਮਾਣ ਘੱਲਾਂ ਵਾਲਾ ਯਾਰ ਕਹਿੰਦੇ ਜਿੱਥੇ ਜਾਂਦਾ ਉੱਥੇ ਕਹਿੰਦੇ ਦੁਨੀਆ ਵੱਖਰੀ ਦੀਵਾਨੀ ਹੈ ਇਸ ਨੌਜਵਾਨ ਦੇ ਕਿਉਂਕਿ ਹਰ ਖਿਡਾਰੀ ਦੇ ਹਰ ਇੱਕ ਇਨਸਾਨ ਨੂੰ ਫੈਨ ਹੁੰਦੇ ਨੇ ਲਓ ਦੇਖੋ ਖੇਡ ਦੇ ਮੈਦਾਨ ਦੇ ਵਿੱਚ ਮੈਚ ਤਕੜਾ ਹੋਣ ਦੀ ਸੰਭਾਵਨਾ ਰੱਖਦੇ ਹੈ ਜਿੰਨੇ ਦਰਸ਼ਕ ਵੀਰ ਪੁੱਜੇ ਸਾਰਿਆਂ ਦਾ ਧੰਨਵਾਦ ਜਾਣਗੇ ਹਾਂਜੀ ਬੂਟੇ ਵੀਰ ਮਾੜੀ ਜਿਹੀ ਗੱਲ ਸੁਣੀ ਸਾਡੀ ਹਾਂਜੀ ਵੀਰੇ ਅੰਬੂ ਵੀਰੇ ਬਾਕੀ ਪਲੇਅਰ ਜਿਹੜੇ ਰਹਿੰਦੇ ਆ ਗਰਾਊਂਡ ਦੇ ਵਿੱਚ ਕਦੋਂ ਕੁ ਪੁੱਜਣਗੇ ਬਸ ਸਾਰੇ ਆ ਜੀ ਬਾਕੀ ਪਲੇਅਰ ਵੀ ਸਾਹਮਣੇ ਪਿੱਛੇ ਨਜ਼ਰ ਮਾਰੋ ਜਿੰਨੇ ਵਹੀਕਲ ਜਿਹੜੇ ਆ ਸੜਕ ਤੇ ਖੜੇ ਨਾ ਹੱਥ ਬੰਨ ਕੇ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਮੇਲਾ ਕਮੇਟੀ ਵੱਲੋਂ
ਇਹਨਾਂ ਨੂੰ ਭਰਾਓ ਇੱਕ ਸਾਈਡ ਤੇ ਕਰ ਲਓ, ਆਸੇ ਪਾਸੇ ਕਾਫੀ ਘਰ ਆਪਣੇ ਆਪਦੇ ਹੀ ਹੈ, ਜਿੱਥੇ ਮਰਜ਼ੀ ਜਾ ਕੇ ਖੜਾ ਦਿਓ, ਕਿਉਂਕਿ ਆਉਣ ਜਾਣ ਦਾ ਰਸਤਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇ, ਆਪਾਂ ਨੂੰ ਕੋਈ ਦਿੱਕਤ ਨਾ ਆਵੇ। ਇਹ ਤੇ ਗੁਰੂ ਸਾਹਿਬ ਦੀ ਕਿਰਪਾ, ਇਕੱਠ ਜਿਹੜਾ ਬਹੁਤ ਵੱਡਾ ਹੋ ਜਾਣਾ ਹੈ। ਠੀਕ ਹੈ ਜੀ, ਸਟੈਂਡ ਦੇ ਕੋਲੇ ਲੈ ਜਾਓ ਤੇ ਉੱਧਰ ਪੂਰੀ ਦੁਨੀਆ ਜਿਹੜੀ ਹੈ ਆਪਾਂ ਦੇਖ ਰਹੇ ਵੀ ਕਬੱਡੀ 365.com ਦੀ ਸਾਡੀ ਸੇਵਾ ਸੁਖਰਾਜ ਸਿੰਘ ਜੀ ਮੰਝਾਂ ਵਾਲਾ ਕਲਾਂ ਵਾਲੇ ਲੈ ਰਹੇ ਆ। ਆਪਾਂ ਦਿਲੋਂ ਧੰਨਵਾਦ ਕਰਾਂਗੇ ਸਾਰੇ ਭਰਾਵਾਂ ਦਾ। ਜਿੱਦਾਂ ਜਿੱਦਾਂ ਸਾਡੇ ਕੋਲੇ ਭਰਾਵਾਂ ਦੀ ਲਿਸਟ ਆ ਰਹੀ ਹੈ, ਉੱਥੇ ਸਰਦਾਰ ਸੂਬਾ ਸਿੰਘ ਜੀ ਸੰਧੂ, ਸਰਦਾਰ ਤੇਜਾ ਸਿੰਘ ਜੀ ਸੰਧੂ, ਜਿਹਨਾਂ ਤੇ ਇਸ ਨਗਰ ਨੂੰ ਮਾਣ ਹੈ, ਇਸ ਪਰਿਵਾਰ ਦੇ ਉੱਤੇ ਪਹਿਲਾ ਫਸਟ ਪ੍ਰਾਈਜ਼ ਜਿਹੜਾ ਹੈ ਇਸ ਪਰਿਵਾਰ ਵੱਲੋਂ 31,000 ਰੁਪਇਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਲੰਬੀਆਂ ਉਮਰਾਂ ਬਖਸ਼ੇ ਇਹਨਾਂ ਭਰਾਵਾਂ ਨੂੰ, ਜਿਹਨਾਂ ਨੇ ਫਕਰਾਂ ਦੀ ਯਾਦ ਦੇ ਵਿੱਚ ਵੱਡੇ ਮਾਣ ਦਿੱਤੇ। ਆਪਾਂ ਦਿਲੋਂ ਧੰਨਵਾਦ ਕਰਾਂਗੇ ਸਾਰੀਆਂ ਸ਼ਖਸੀਅਤਾਂ ਦਾ। ਉਹ ਸਾਹਮਣੇ ਤੁਹਾਡਾ ਯਾਰ ਟੌਂਕਿਆਂ ਵਾਲਾ, ਇਸ ਮੁੰਡੇ ਨੇ ਕੱਲ ਵੀ ਬੂਟਿਆਂ ਸਿਰਾ ਕਰਾਇਆ ਵਾਂ ਦੀ ਧਰਤੀ ਤੇ। ਕੋਈ ਮਨਜਿੰਦਰ ਕਹਿੰਦਾ ਹੈ, ਕੋਈ ਮੋਟਾ ਕਹਿੰਦਾ ਹੈ, ਤਿੰਨ ਨਾਵਾਂ ਦੇ ਨਾਲ ਜਾਣਿਆ ਜਾਂਦਾ ਖਿਡਾਰੀ ਹੈ। ਅੱਜ ਦੁਨੀਆ ਦੇ ਸਟਾਰ ਪਹੁੰਚ ਰਹੇ ਹੈ। ਆਪਾਂ ਸਾਰਿਆਂ ਦਾ ਦਿਲੋਂ ਮਾਈਕ ਤੋਂ ਧੰਨਵਾਦ ਕਰਾਂਗੇ, ਜਿੰਨੇ ਵੀ ਪਲੇਅਰ ਅੱਜ ਇਸ ਧਰਤੀ ਦੇ ਉੱਤੇ ਪਹੁੰਚ ਰਹੇ ਹੈ, ਕਿਉਂਕਿ ਦੁਨੀਆ ਭਰ ਦੇ ਪਲੇਅਰਾਂ ਦੇ ਨਾਲ ਯਾਰੀ ਰੱਖਣ ਵਾਲਾ ਬੂਟਾ ਤੇ ਉਹਦੇ ਸਾਰੇ ਭਰਾ ਜਿਹੜੇ ਅੱਜ ਵਿਸ਼ੇਸ਼ ਤੌਰ ਤੇ ਪੁੱਜੇ, ਆਪਾਂ ਧੰਨਵਾਦ ਕਰਾਂਗੇ। ਜਿੰਨੇ ਖਿਡਾਰੀ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ ਜੀ, ਯੋਧਾ ਚੰਦੜਾ ਵਾਲਾ ਤੇ ਅਮਰੀ ਵੀਰੇ ਬੇਨਤੀ ਆ, ਯੋਧਾ ਤੇ ਅਮਰੀ ਪੱਤੋ ਵਾਲਾ ਵੀਰੇ ਬੇਨਤੀ ਆ, ਦੀਪਾ ਖਾਈ ਵਾਲਾ ਮੰਗਲ ਵੀਰੇ ਸਾਰੇ ਪਲੇਅਰਾਂ ਨੂੰ ਵੀਰੇ ਬੇਨਤੀ ਆ ਗਰਾਊਂਡ ਦੇ ਵਿੱਚ ਜਲਦੀ ਪੁੱਜਣ। ਲਓ ਮੰਗਲ ਵੀ ਘੱਲਾ ਵਾਲਾ ਆ ਗਿਆ ਜੋ ਉੱਥੇ ਜੀ, ਨਿੱਕਾ ਸੇਖੋ ਪਰਿਵਾਰ ਦਾ, ਕੋਈ ਮਨਜਿੰਦਰ ਕਹਿੰਦਾ, ਕੋਈ ਮੋਟਾ ਤੇ ਕੋਈ ਨਿੱਕਾ ਕਹਿੰਦਾ ਹੈ, ਇਹ ਪਲੇਅਰ ਵੀ ਕਹਿੰਦੇ ਦੁਲਗਾਰਾ ਸਟਾਰ ਹੈ। ਵੀਰੇ ਬੇਨਤੀ ਆ ਘੱਲਾ ਦੀ ਜਿਹੜੀ ਪ੍ਰੋਪਰ ਟੀਮ ਆ ਗਰਾਊਂਡ ਦੇ ਵਿੱਚ ਜਲਦੀ ਪੁੱਜੇ। ਲਓ ਸੋਨਾ ਵੀ ਕਹਿੰਦੇ ਘੱਲਾ ਵਾਲਾ ਮੈਦਾਨ ਦੇ ਵਿੱਚ ਪੁੱਜ ਗਿਆ। ਲਓ ਉੱਧਰ ਸਾਹਮਣੇ ਦੇਖੋ ਜਿਹੜਾ ਆਹ ਮੈਚ ਦਰਸ਼ਮੀ ਰੋਡ ਵਾਲਾ, ਗੱਲ ਸਿਰੇ ਤੇ ਲੱਗਣੀ, ਉੱਧਰ ਅਵਤਾਰ ਬਰਾੜ ਉਹਨੇ ਹੌਂਕ ਪੌਂਕ ਤੋਂ ਸਿੱਧੀਆਂ ਤਾਰਾਂ ਜੁੜੀ ਬੈਠੇ ਹੈ। ਇਹਨਾਂ ਦਾ ਸਾਨੂੰ ਬਹੁਤ ਵੱਡਾ ਯੋਗਦਾਨ ਹੈ। ਉੱਥੇ ਸਾਡੇ ਕਮਲ ਬਰਾੜ ਜੀ USA 'ਚ ਬੈਠੇ ਰਟੌਰ ਰੋਹੀ ਵਾਲੇ, ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ। ਸਰਦਾਰ ਗੁਰਮੇਲ ਸਿੰਘ ਜੀ ਸਰਪੰਚ ਸਾਹਿਬ ਨੇ ਇਸ ਨਗਰ ਦੇ, ਉੱਥੇ ਸਰਦਾਰ ਗੁਰਪ੍ਰੀਤ ਸਿੰਘ ਜੀ ਸੰਧੂ, ਗੋਲਡੀ ਸੰਧੂ ਆਸਟ੍ਰੇਲੀਆ ਵਾਲੇ, ਇਸ ਪਰਿਵਾਰ ਵੱਲੋਂ ਵੀ 21,000 ਰੁਪਏ ਦਾ ਸੈਕਿੰਡ ਪ੍ਰਾਈਜ਼ ਦਿੱਤਾ ਜਾ ਰਿਹਾ ਹੈ। ਆਪਾਂ ਸੱਚੇ ਪਾਤਸ਼ਾਹ ਕੀ ਅਰਦਾਸ ਕਰਾਂਗੇ ਇਹਨਾਂ ਪਰਿਵਾਰਾਂ ਦੇ ਲਈ ਵੀ ਅਗਲੇ ਸਾਲਾਂ ਨੂੰ ਵੱਧ ਦਾਨ ਕਰ ਸਕਣ। ਲਓ ਮੈਚ ਸਿਰੇ ਦਾ ਦੋ ਟੀਮਾਂ ਦੇ ਦਰਮਿਆਨ ਸ਼ੁਰੂ ਹੋ ਜਾ ਰਿਹਾ ਹੈ, ਕਿਉਂਕਿ ਇਕੱਲੀ ਇਕੱਲੀ ਕਬੱਡੀ ਦੇ ਵਿੱਚ ਕਹਿੰਦੇ ਸਵਾਦ ਆਉਣਾ ਹੈ। ਲਓ ਅਮਰੀ ਪੱਤੋ ਵਾਲਾ ਵੀ ਆ ਗਿਆ ਹੈ, ਗੱਲ ਸਿਰੇ ਤੇ ਲੱਗਣੀ ਹੈ। ਉੱਥੇ ਸਰਦਾਰ ਬਲਵੰਤ ਸਿੰਘ ਜੀ ਸੰਧੂ ਆਸਟ੍ਰੇਲੀਆ ਵਾਲੇ, ਇਹਨਾਂ ਵੱਲੋਂ ਅੱਜ ਦੇ ਇਸ ਕਬੱਡੀ ਦੇ ਮਹਾਕੁੰਭ ਦੇ ਵਿੱਚ ਬੈਸਟ ਲੀਡਰ ਤੇ ਜਾਫੀ ਦੇ ਲਈ ਵਾਸ਼ਿੰਗ ਮਸ਼ੀਨਾਂ ਹੋਣਗੀਆਂ। ਉਸ ਪਰਿਵਾਰ ਦਾ ਵੀ ਆਪਾਂ ਦਿਲੋਂ ਧੰਨਵਾਦ ਕਰਾਂਗੇ, ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਸਾਰੇ ਭਰਾਵਾਂ ਨੂੰ, ਜਿਹਨਾਂ ਨੇ 1 ਰੁਪਈਏ ਤੋਂ ਲੈ ਕੇ 1,000 ਰੁਪਇਆ ਮਾਇਆ ਦਿੱਤੀ, ਸਾਰਿਆਂ ਦਾ ਧੰਨਵਾਦ। ਲੈ ਵੀ ਬਾਈ ਮੈਚ ਜਲਦੀ ਸ਼ੁਰੂ ਕਰ ਦਈਏ ਆਪਾਂ ਖੇਡ ਦੇ ਮੈਦਾਨ ਦੇ ਵਿੱਚ। ਹਾਂਜੀ ਵੀਰੇ, ਬੇਨਤੀ ਹੈ ਮੈਚ ਜਿਹੜਾ ਜਲਦੀ ਸ਼ੁਰੂ ਕੀਤਾ ਜਾਵੇ। ਦੋਨੇ ਟੀਮਾਂ ਨੂੰ ਵੀਰੇ ਬੇਨਤੀ ਹੈ ਵੀ ਸਾਈਡਾਂ ਜਿਹੜੀਆਂ ਜਲਦੀ ਲੈ ਲੈਣ। ਉਧਰ ਗਗੜੇ ਦੀ ਟੀਮ ਵੀ ਐਨ ਕਹਿੰਦੇ ਸਿਰੇ ਦੀ ਬੜੀ ਹੈ, ਰਵੀ ਲੋਪੋ ਪਿੰਡ ਵਾਲਾ ਨਾਲ ਕਹਿੰਦੇ ਦੌਲੇ ਵਾਲੀ ਆ ਕਾਲੂ ਖੇਡਦਾ ਹੈ, ਨਾਲ ਕਾਲਾ ਵਾ ਐਨ ਕਹਿੰਦੇ ਸਿਰੇ ਤੇ ਜਾਫੀ ਹੈ, ਛਿੰਦੇ ਵਰਗੇ ਵੀ ਕਹਿੰਦੇ ਪੁੱਜੇ ਹੈ, ਪ੍ਰੋਪਰ ਟੀਮ ਪੁੱਜੀ ਹੈ ਤੇ ਘੱਲਾ ਦੀ ਟੀਮ ਦਾ ਵੀ ਕਹਿੰਦੇ ਨਾਂ ਚੱਲਦਾ। ਉਧਰ ਸਾਹਮਣੇ ਮੈਂ ਦੇਖ ਰਿਹਾ ਵੀ ਫੱਕਰ ਝੰਡੇ ਵਾਲਾ ਮੁੰਡਾ ਹਰਦੇਵ ਸਿੰਘ ਵੀ ਕਹਿੰਦੇ ਵੀ ਪੂਰੀ ਤਿਆਰੀ ਦੇ ਵਿੱਚ ਪੁੱਜਿਆ ਹੈ। ਆਪਾਂ ਉਸ ਵੀਰ ਦਾ ਵੀ ਧੰਨਵਾਦ ਕਰਾਂਗੇ, ਸਰਦਾਰ ਬੇਅੰਤ ਸਿੰਘ ਜੀ ਸਰਪੰਚ ਸਾਹਿਬ, ਸਰਦਾਰ ਕੱਕਾ ਸਿੰਘ ਜੀ ਸਾਡੇ ਪ੍ਰਧਾਨ, ਸਰਦਾਰ ਦਰਸ਼ਨ ਸਿੰਘ ਜੀ ਸੰਧੂ ਸਾਹਿਬ ਤੇ ਡਾਕਟਰ ਕਿੱਕਰ ਸਿੰਘ ਜੀ, ਉਹਨਾਂ ਦਾ ਵੀ ਨਾਂ ਚੱਲਦਾ ਇਸ ਇਲਾਕੇ ਦੇ ਵਿੱਚ, ਸਰਦਾਰ ਜੋਗਿੰਦਰ ਸਿੰਘ ਜੀ ਸੈਕਟਰੀ ਸਾਹਿਬ, ਬਾਬਾ ਬਲਦੇਵ ਸਿੰਘ ਜੀ ਜਿਹਨਾਂ ਵੱਲੋਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ, ਸਰਦਾਰ ਜਗਰੂਪ ਸਿੰਘ ਜੀ ਸੰਧੂ ਸਾਹਿਬ, ਸਰਦਾਰ ਨਾਇਬ ਸਿੰਘ ਜੀ ਸੰਧੂ, ਸਰਦਾਰ ਬਾਜ ਸਿੰਘ ਜੀ ਵਿਰਕ ਤੇ ਸਮੂਹ ਨਗਰ ਗ੍ਰਾਮ ਪੰਚਾਇਤ, ਉੱਥੇ ਗਿੰਦਰ ਸਿੰਘ ਜੀ ਮਿਸਤਰੀ, ਸਾਰੇ ਪਰਿਵਾਰਾਂ ਦਾ ਆਪਾਂ ਦਿਲੋਂ ਧੰਨਵਾਦ ਕਰਾਂਗੇ। ਹਾਂਜੀ ਮੈਚ ਵੀਰੇ ਬੇਨਤੀ ਆ ਜਲਦੀ ਸ਼ੁਰੂ ਕਰ ਦਿਓ ਵੀਰੇ, ਪਹਿਲੀ ਕਬੱਡੀ ਵੀਰੇ ਕਿਹੜੀ ਟੀਮ ਦੀ ਆ ਜਲਦੀ ਦੱਸਿਆ ਜਾਵੇ। ਰੈਫਰੀਆਂ ਨੂੰ ਬੇਨਤੀ ਹੈ ਵੀਰੇ ਪਹਿਲੀ ਕਬੱਡੀ ਕਿਹਦੀ ਆ। ਲਓ ਮੈਚ ਸ਼ੁਰੂ ਹੋਣ ਜਾ ਰਿਹਾ ਹੁਣ ਦੋ ਟੀਮਾਂ ਦੇ ਦਰਮਿਆਨ, ਜਿਹੜੇ ਰੈਫਰੀ ਆ ਨਾ ਜਿਹਨਾਂ ਦੀ ਡਿਊਟੀ ਆ ਉਹੀ ਗਰਾਊਂਡ ਦੇ ਵਿੱਚ ਰਹਿਣ, ਤੇ ਗੁਰਜੰਟ ਸੰਧੂ ਬਾਕੀ ਬਾਹਰਲੇ ਪਾਸੇ ਆ ਜਾਓ ਮੇਰੇ ਮਿੱਤਰੋ।
ਉਧਰ ਬਾਬਾ ਹਰਨੇਕ ਸਿੰਘ ਜੀ ਨਾਨਕਸਰ ਵਾਲੇ ਸਪੋਰਾਂ ਦੀ ਸੇਵਾ ਕਰ ਰਹੇ ਹੈ। ਆਪਾਂ ਧੰਨਵਾਦ ਕਰਾਂਗੇ ਜਿੰਨੀਆਂ ਵੀ ਰੂਹਾਂ ਰੱਬ ਰੂਪੀ ਸੰਗਤਾਂ ਪੁੱਜੀਆਂ ਸਾਰਿਆਂ ਦਾ ਧੰਨਵਾਦ ਹੈ। ਭਾਵੇਂ ਪ੍ਰਬੰਧ ਬਹੁਤ ਵਧੀਆ ਕੀਤੇ ਪਰ ਤੁਹਾਡੇ ਕੇ ਛੋਟੇ ਪੈ ਜਾਂਦੇ ਹੈ ਕਿਉਂਕਿ ਸੰਗਤ ਦੇ ਵਿੱਚ ਇਹਨਾਂ ਦਰਸ਼ਕਾਂ 'ਚ ਰੱਬ ਵੱਸਦਾ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ, ਅਗਲੇ ਸਾਲ ਨੂੰ ਇਸ ਤੋਂ ਵੀ ਵਧੀਆ ਪ੍ਰਬੰਧ ਕਰ ਸਕੇ ਨਗਰ। ਲੈ ਵੀ ਬਾਈ ਮਾਰ ਵਿਸਲ ਤੇ ਬਿੱਲੇ ਆਪਾਂ ਮੈਚ ਸ਼ੁਰੂ ਕਰਾਈਏ। ਹਾਂਜੀ, ਪਹਿਲੀ ਕਬੱਡੀ ਜਿਹੜੀ ਘੱਲਾਂ ਦੀ ਆ, ਐਨ ਕਹਿੰਦੇ ਸਿਰੇ ਦਾ ਮੈਚ ਖੇਡਿਆ ਜਾਵੇਗਾ। ਦਰਸ਼ਕ ਵੀ ਉਹ ਜੇ ਰਾਜ ਦੇ ਕੱਪ ਦੇ ਵੀ ਲੱਗਾ ਵੀ ਪ੍ਰੇਅਰ ਐਂਡ ਦੁਰਗਾ ਦੇ ਸਟਾਰ ਪੁੱਜੇ, ਇੱਕ ਵਾਰੀ ਤਾੜੀ ਮਾਰ ਦੋ ਪ੍ਰਬੰਧਕ ਕਮੇਟੀ ਦੇ ਨਾਂ ਦੇ ਤੇ ਧੰਨ ਧੰਨ ਬਾਬਾ ਹਰਮੂ ਸ਼ਾਹ ਜੀ ਦੇ ਨਾਂ ਦੇ ਖੁੱਲੀ ਤਾੜੀ ਮਾਰ ਦੋ। ਦੁਨਗਾ ਦੇ ਸਟਾਰ ਪੁੱਜੇ ਹੈ, ਰੁਪਿੰਦਰ ਵੀ ਪੁੱਜੇ ਹੈ, ਹਰਦੇਵ ਵੀ ਫਕਰ ਝੰਡੇ ਵਾਲਾ ਪੁੱਜੇ ਹੈ, ਬਹੁਤ ਬਹੁਤ ਧੰਨਵਾਦ। ਹਰਜੀਤ ਵੀ ਨਜ਼ਰੀ ਪੈ ਰਿਹਾ ਹੈ, ਦੁਨਗਾ ਕਹਿੰਦੇ ਸਟਾਰਾਂ ਦਾ ਅੱਜ ਮੇਲਾ ਲੱਗਾ ਹੈ। ਲਓ ਪਹਿਲੀ ਕਬੱਡੀ ਮੈਦਾਨ ਦੇ ਵਿੱਚ ਵੇਖਾਂਗੇ, ਚੰਦੜ ਪਿੰਡ ਹੈ ਤੇ ਯੋਧਾ ਨਾਮ ਹੈ, ਆਜ਼ਾਦ ਮੈਂਟਮ ਦੀ ਟੀਮ ਵੀ ਖੇਡਦਾ ਹੈ ਪੰਜਾਬ ਦੇ ਕੱਪਾਂ ਦੇ ਉੱਤੇ ਤੇ ਘੱਲਾ ਵਾਲੇ ਆਬੂ ਨਾ ਕਹਿੰਦੇ ਭਰਾਵਾਂ ਤੋਂ ਵੱਧ ਕੇ ਜਾਰੀ ਹੈ। ਲਓ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ। ਸਟੇਜ ਵਾਲੇ ਪਾਸੇ ਟੀਮ ਜਿਹੜੀ ਘੱਲਾਂ ਦੀ ਹੈ ਤੇ ਦੂਸਰੇ ਪਾਸੇ ਭਾਗਪੁਰ ਗਗੜਾ, ਜਿਨ੍ਹਾਂ ਦਾ ਨਾਂ ਕਹਿੰਦੇ ਬੜੇ ਲੰਬੇ ਸਮੇਂ ਤੋਂ ਦੁਨੀਆਂ ਦੇ ਅਕਸ਼ ਵਿੱਚ ਬੋਲਦਾ, ਚਾਹੇ ਗੱਲ ਧੰਨੇ ਦੀ ਹੈ ਚਾਹੇ ਫੌਜੀ ਜਸਵੰਤ ਉਹਨਾਂ ਦੀ ਗੱਲ ਰਹੀ, ਸ਼ੰਦਾ ਯਾਰ ਵੀ ਪੁੱਜ ਗਿਆ। ਗਗੜੇ ਦੇ ਜੱਸ ਨੇ ਵੀ ਬੱਲੇ ਬੱਲੇ ਕਰਾਤੀ ਸਮੇਂ ਦੇ ਨਾਲ। ਲਓ ਮੈਚ ਸ਼ੁਰੂ ਹੋਣ ਜਾ ਰਿਹਾ, ਪਾਸੇ ਚੇਂਜ ਹੋ ਗਏ ਨੇ। ਉੱਧਰ ਲਾਡੀ ਭੰਡੇਰ ਜੀ ਸਾਡੇ ਸੋਸ਼ਲ ਵਾਲੇ, ਉਹਨਾਂ ਦਾ ਵੀ ਧੰਨਵਾਦ ਹੈ। ਆਪਾਂ ਜਿਵੇਂ ਜਿਵੇਂ ਸਾਡੀਆਂ ਸ਼ਖਸੀਅਤਾਂ ਪੁੱਜਣਗੀਆਂ ਸਭ ਦਾ ਦਿਲੋਂ ਧੰਨਵਾਦ ਕਰਾਂਗੇ ਕਿਉਂਕਿ ਅੱਜ ਮਿੱਤਰਾਂ ਨੇ ਪੁੱਜਣਾ ਹੈ। ਲਓ ਮੈਚ ਸ਼ੁਰੂ ਹੋਣ ਜਾ ਰਿਹਾ, ਗੱਲ ਹੁਣ ਸਿਰੇ ਤੇ ਲੱਗਣੀ ਹੈ। ਲੈ ਵੀ ਹੁਣ ਦਾਤੇ ਵਾਲਿਆ ਬਿਸਲ ਮਾਰ ਢਿੱਲਾ ਨਾ ਪੈ, ਕੋਟ ਕੋਟ ਦਾ ਗੀਤਾ ਤੇ ਸੋਢੀ ਵਾਲੇ ਦਾ ਗੁਰਮੁਖ ਤੇ ਕੱਪਾ ਦੇਖਾਂਗੇ ਬੂਟਾ ਕੋਚ। ਲਓ ਪਹਿਲੀ ਕਬੱਡੀ ਤੇ ਇੱਕ ਵਾਰੀ ਜ਼ਰੂਰ ਜ਼ੋਰਦਾਰ ਤਾੜੀਆਂ ਮਾਰ ਦਿਓ ਫਕਰਾਂ ਦੇ ਨਾਂ ਦੇ ਉੱਤੇ। ਲਓ ਪਹਿਲੀ ਕਬੱਡੀ ਸਾਹਮਣੇ ਦੇਖੋ ਨੌਜਵਾਨ, ਕਹਿੰਦੇ ਡਾਕਟਰ ਨੇ ਪਾਈ ਹੈ ਔਰ ਆਪਣੀ ਟੀਮ ਦੇ ਇਸੇ ਨੰਬਰ ਜ਼ੋਰ ਦਿੱਤਾ। ਖਾਈ ਵਾਲਾ ਪਹਿਲਾਂ ਹੀ ਖੁਸ਼ ਹੈ ਮੁੰਡਾ, ਦੇਖੋ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਮੱਥਾ ਟੇਕਣ ਦੇ ਲਈ ਤਿਆਰੀ ਕਰਦਾ ਹੈ ਪਰ ਚੰਦੜਾਂ ਵਾਲਾ ਯੋਧਾ ਕਹਿੰਦਾ ਪਹਿਲੀ ਕਬੱਡੀ ਮੈਂ ਪਾਉਣੀ ਹੈ। ਲਓ ਸਾਹਮਣੇ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਕਿ ਹੱਥ ਜੋੜ ਮੱਥਾ ਟੇਕ ਪਹਿਲੀ ਕੌਡੀ ਪਾਈ ਹੋਵੇ, ਮੈਚ ਲੱਗਾ ਦੇਖ ਤਾੜੀ ਦਰਸ਼ਕਾਂ ਵਜਾਈ ਹੋਵੇ, ਟੱਚ ਲਾ ਹੰਦਿਆਂ ਦੇ ਕੋਲੇ ਖੜਦਾ ਇੱਕ ਪਾਸੇ ਤੇ ਖੋਣ ਇਹ ਆ ਮੁੰਡਾ ਭਾਉ ਤੇ ਇਹਨੂੰ ਕਹਿੰਦੇ ਆ ਕਾਲਾ। ਲਓ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਗੱਲ ਸਿਰੇ ਤੇ ਲਾਈ, ਮੁੰਡੇ ਨੇ ਲਾ ਕੇ ਜੱਫਾ ਓਏ ਬੱਲੇ ਬੱਲੇ ਕਰਵਾਈ, ਹਰਬੰਸ ਸਿੰਘ ਕਾਲੂ ਦੀ ਪਾਈ ਹੋਈ ਕਬੱਡੀ ਹੈ। ਔਰ ਦੂਸਰੇ ਪਾਸੇ ਨਾਲ ਦੀ ਨਾਲ ਮੈਂ ਅਗਲੀਆਂ ਟੀਮਾਂ ਨੂੰ ਸੱਦਾ ਦੇ ਦੇਵਾਂ, ਮਲਕ ਤੇ ਬੀਜਾਪੁਰ ਦੀਆਂ ਟੀਮਾਂ ਜਲਦੀ ਤੋਂ ਜਲਦੀ ਬਾਹਰਲੇ ਪਾਸੇ ਆਪਣੀ ਤਿਆਰੀ ਰੱਖਣ। ਨਵੀਂ ਬਿੱਲਿਆ ਆਹ ਮੁੰਡੇ ਦੀ ਛੇੜਕਾਣੀ ਗਰਾਊਂਡ ਦੇ ਦੂਜੇ ਪਾਸੇ ਕਾਲੂ ਦੌਲੇ ਵਾਲੀ ਆ, ਰਸੂਲਪੁਰ ਕਹਿੰਦੇ ਦੁਲਗਾ ਜਾਣਦੀ ਆ ਪਰ ਆਹ ਮੁੰਡੇ ਦਾ ਪਿੰਡ ਕਹਿੰਦੇ ਵੀ ਦੌਲੇ ਵਾਲਾ। ਲਓ ਨੰਬਰ ਜਿਹੜਾ ਆਪਣੀ ਟੀਮ ਨੇ ਜੋੜਦਾ, ਖਾਈ ਪਿੰਡ ਹੈ ਤੇ ਦੀਪਾ ਨਾਮ ਹੈ, ਦੋਵੇਂ ਭਰਾ ਕਹਿੰਦੇ ਕਬੱਡੀ ਖੇਡਦੇ ਹੈ ਤੇ ਆਜ਼ਾਦ ਐਡਮਿੰਟਨ ਦੀ ਟੀਮ ਲਈ ਪੰਜਾਬ ਦੇ ਕੱਪਾਂ ਦੀ ਖੇਡਦੇ ਹੈ। ਮੀਤ ਕੈਨੇਡਾ ਦੇ ਵਿੱਚ ਜਾ ਬੜਿਆ, ਆਹ ਵੇਖਾਂਗੇ ਦੀਪਾ ਖਾਈ ਵਾਲਾ ਆਪਦੀ ਟੀਮ ਲਈ ਨੰਬਰ ਦਾ ਵਾਧਾ ਕਰ ਗਿਆ। ਉਧਰਲੇ ਪਾਸੇ ਡਾਕਟਰ ਦਾ ਕਹਿੰਦੇ ਗਗੜਾ ਪਿੰਡ ਹੈ, ਇੱਕ ਕਾਲੂਗੜ ਪਿੰਡ ਵਾਲਾ ਬਲਜੀਤ ਉਹਨੂੰ ਵੀ ਕਹਿੰਦੇ ਦੁਰਗਾ ਜਾਣਦੀ ਹੈ, ਆਹ ਡਾਕਟਰ ਦੀ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਹੈ। ਲੈ ਵੀ ਕੌਕਿਆਂ ਮਾਰਿਆ, ਮੇਲਾ ਜੇ ਜਿੱਤਣਾ ਹੈ ਤੇ ਕੁਛ ਕਰਨਾ ਪੈਣਾ। ਉਧਰਲੇ ਪਾਸੇ ਵੇਖਾਂਗੇ ਪਾਈ ਹੈ ਕਬੱਡੀ ਦੇ ਨੰਬਰ ਜਿਹੜਾ ਵੇਖਾਂਗੇ ਡਾਕਟਰ ਦਾ, ਆਹ ਵਾ ਡਾਕਟਰ। ਲਓ ਪੁਆਇੰਟ ਆਪਣੀ ਟੀਮ ਲਈ ਜੋੜਦਾ, ਪੱਤੋ ਪਿੰਡ ਹੈ, ਅਮਰੀ ਨਾਮ ਹੈ। ਲਓ ਗੁਰਚਰਨ ਨੂੰ ਸਵੇਰ ਦੀ ਕਰੋਗਾ ਅਮਰੀ ਦੀ ਪਾਈ ਹੋਈ ਕਬੱਡੀ ਲਈ। ਯਦਰ ਸਾਹਮਣੇ ਪੱਤੋ ਵਾਲਾ ਸ਼ਕੀਨ ਨੌਜਵਾਨ ਹੈ। ਲੈ ਵੀ ਬਿੱਲਿਆ ਯਾਰ ਬੂਟੇ ਦੇ ਕੋਲੇ ਆ ਕੇ ਇਹਦੀ ਵੀ ਕਹਿੰਦੇ ਵੀ ਗੱਲ ਦੇ ਨਾਲ ਤੂੰ ਰਮਜ ਮਜਾਲਾ ਹੈ। ਲੈ ਉਧਰ ਦੇਖੋ ਸਾਹਮਣੇ ਕਿਉਂਕਿ ਅੱਜ ਜ਼ਿੰਮੇਵਾਰੀਆਂ ਬਹੁਤ ਵੱਡੀਆਂ, ਪਰ ਮੈਂ ਦੇਖ ਰਿਹਾ ਵੀ ਅੱਜ ਦੇ 10-15 ਦਿਨ ਤੋਂ ਵੱਡੀ ਜੱਦੋਜਹਿਦ ਕਰ ਰਿਹਾ ਇਹ ਪੂਰਾ ਨਗਰ ਨੌਜਵਾਨ ਵੀਰਾਂ ਦੇ ਨਾਲ ਮਿਲ ਕੇ, ਕਿਉਂਕਿ ਪ੍ਰਬੰਧ ਕਰਨੇ ਪੈਂਦੇ ਹੈ ਤੇ ਮਿਹਨਤਾਂ ਕਰਨੀਆਂ ਪੈਂਦੀਆਂ। ਇਸ ਲਈ ਆਪਾਂ ਧੰਨਵਾਦ ਕਰਾਂਗੇ ਸਮੁੱਚੇ ਨਗਰ ਉਮਰੀਆਣੇ ਪਿੰਡ ਦਾ, ਜਿਨ੍ਹਾਂ ਨੇ ਕਹਿੰਦੇ ਵੱਧ ਕੇ ਅੱਗੇ ਇਸ ਧਰਤੀ ਦੇ ਉੱਤੇ ਮੈਚ ਕਰਾ ਰਹੇ ਨੇ। ਲਓ ਇੱਕ ਪਾਸੇ ਸਾਹਮਣੇ ਤੁਹਾਡਾ ਯਾਰ ਦੇ ਖੋ ਕਬੱਡੀ ਦੇ ਮੈਦਾਨ ਦੇ ਵਿੱਚ, ਇੱਥੇ ਰੱਖ ਉੱਠ ਨੌਜਵਾਨਾਂ ਕੋਈ ਗੱਲ ਨਹੀਂ,
ਇੱਧਰ ਦੇਖੋ ਘੱਲਾਂ ਵਾਲੇ ਨੌਜਵਾਨ ਗੱਭਰੂ ਨੇ ਟਰਾਈ ਕੀਤੀ ਹੈ ਪਰ ਦੇਖੋ ਸਾਹਮਣੇ ਇੱਧਰ ਪਾਈ ਹੋਈ ਦੀਪ ਦੀ ਕਬੱਡੀ ਲੈ ਵੀ ਅਰਸ਼ਦ ਤੇਰੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਇਸ ਤੋਂ ਅੱਗੇ ਜਿਹੜਾ ਮੈਚ ਮਲਕ ਤੇ ਬੀਜਾਪੁਰ ਦੀਆਂ ਟੀਮਾਂ ਨੇ ਖੇਡਣਾ ਹੈ ਇਹ ਟੀਮਾਂ ਬਾਹਰਲੇ ਪਾਸੇ ਰਹਿਣ ਜਦੋਂ ਮੈਚ ਸਮਾਪਤ ਹੁੰਦਾ ਹੈ ਉਦੋਂ ਹੀ ਟੀਮਾਂ ਗਰਾਊਂਡ ਦੇ ਵਿੱਚ ਆਉਣ ਬਿੱਟੂ ਦਾ ਪਿੰਡ ਹੈ ਲਓ ਦੇਖੋ ਸਾਹਮਣੇ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆਪ ਹੀ ਨੌਜਵਾਨਾਂ ਪਾਖਾ ਕਬੱਡੀ ਹੁਣ ਖੇਡ ਦੇ ਮੈਦਾਨ ਦੇ ਵਿੱਚ ਤੈਨੂੰ ਸਾਹਮਣੇ ਸੋਨਾ ਡਿੱਗਦਾ ਹੈ ਲਓ ਉਧਰ ਸਾਹਮਣੇ ਦੇਖੋ ਨੌਜਵਾਨ ਗੱਭਰੂ ਦੀ ਪਾਈ ਹੋਈ ਕਬੱਡੀ ਹੁਣ ਚਾਰ ਜਾਫੀਆਂ ਦੇ ਵਿੱਚੋਂ ਦੇਖੋ ਸਾਹਮਣੇ ਇੱਕ ਪਾਸੇ ਮੰਗਲ ਹੈ ਪਰ ਦੂਸਰੇ ਪਾਸੇ ਆਹ ਮੁੰਡਾ ਕਹਿੰਦੇ ਬਲੈਤ ਲਗਾਵਾਂ ਦਾ ਜੇਤੂ ਹੈ ਸੋਨਾ ਨੌਜਵਾਨ ਪਰ ਡਾਕਟਰ ਨੇ ਕਹਿੰਦੇ ਬਹੁਤ ਸੋਹਣਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਿਆ ਲਓ ਅਮਰੀ ਪੱਤੋ ਵਾਲਾ ਅਗਲੀ ਉਡਾਨ ਭਰਦਾ ਹੋਇਆ ਕਬੱਡੀ ਦੇ ਮੈਦਾਨ ਦੇ ਵਿੱਚ ਆਪਾਂ ਹੁਣ ਸਾਹਮਣੇ ਤੱਕਾਂਗੇ ਇੱਕ ਪਾਸੇ ਮੁੰਡਾ ਕਾਲਾ ਹੈ ਨਾਲ ਦੇਖੋ ਬਲਕਾਰ ਹੈ ਤੇ ਨਾਲ ਹੀ ਕੱਕ ਹੈ ਆਹ ਦੇਖੋ ਸਾਹਮਣੇ ਨੌਜਵਾਨ ਪਾਉਂਦਾ ਪਟਾਕਾ ਹੈ ਪਰ ਦੇਖੋ ਕਹਿੰਦੇ ਵੀ ਮੁੰਡਾ ਸੁਖੀ ਸਾਂਦੀ ਆਪਣੀ ਟੀਮ ਦੇ ਹਿੱਸੇ ਬਹੁਤ ਹੀ ਤਕੜਾ ਨੰਬਰ ਜੋੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਹੈ ਉਧਰਲੇ ਪਾਸੇ ਮੈਦਾਨ ਦੇ ਵਿੱਚ ਵੇਖਾਂਗੇ ਕਾਲੂ ਦਾ ਕਹਿੰਦੇ ਵੀ ਦੌਲੇ ਵਾਲਾ ਪਿੰਡ ਕਿ ਜਿਸਮਾਂ ਬਚਾਉਣਾ ਪੈਂਦਾ ਵਿੱਚ ਅੱਗ ਦੇ ਵੀ ਫੇਰ ਜਾ ਕੇ ਚਰਚੇ ਦੇ ਹੁੰਦੇ ਵਿੱਚ ਜੱਗ ਦੇ ਵੀ ਰੰਗ ਵੇਖਿਆ ਨਹੀਂ ਜਾਂਦਾ ਗੋਰਾ ਤੇ ਕਾਲਾ ਵੀ ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਕਿ ਨਾਮ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਲਓ ਘੱਲਾਂ ਵਾਲੇ ਸੋਨੇ ਨੇ ਇਹਨੇ ਕਿਤੇ ਸਿਰੇ ਦਾ ਜੱਫਾ ਲਾਇਆ ਹੈ ਅਗਲੀ ਕਬੱਡੀ ਪਾਉਣ ਲਈ ਵੇਖਾਂਗੇ ਚੰਦਰਾਂ ਵਾਲਾ ਯੋਧਾ ਲਓ ਮੈਦਾਨ ਦੇ ਵਿੱਚ ਵੱਧ ਉਧਰਲੇ ਪਾਸੇ ਚਾਰ ਜਾਫੀ ਹੈ ਇੱਕ ਕਨੀ ਦੇ ਟਾਰੀ ਵਾਲਾ ਕਾਲਾ ਆਹ ਵੇਖਾਂਗੇ ਮੈਦਾਨ ਦੇ ਵਿੱਚ ਮੁੰਡੇ ਦਾ ਕਹਿੰਦੇ ਲੋਪੋ ਪਿੰਡ ਹੈ ਤੇ ਰਵੀ ਨਾਮ ਹੈ ਲਓ ਮੈਦਾਨ ਦੇ ਵਿੱਚ ਵੇਖਾਂਗੇ ਰਵੀ ਨੇ ਟਰਾਈ ਕੀਤੀ ਹੈ ਪਰ ਨੰਬਰ ਜਿਹੜਾ ਧਾਬੀ ਦਾ ਡਾਕਟਰ ਦੀ ਕਬੱਡੀ ਹੈ ਤੇ ਗੱਲ ਕਰਨਗੇ ਗੁਰਚਰਨ ਸੁਹੇਲ ਜੀ ਲਓ ਉਧਰ ਸਾਹਮਣੇ ਇੱਕ ਬਲਜੀਤ ਸਿੰਘ ਕਾਲੋ ਡਾਕਟਰ ਕੱਲ ਕਹਿੰਦੇ ਸਿਰੇ ਦੀਆਂ ਕਬੱਡੀਆਂ ਬਾਂ ਦੀ ਧਰਤੀ ਤੇ ਪਾਈਆਂ ਨੌਜਵਾਨ ਨੇ ਪਰ ਅੱਜ ਵੀ ਉਹ ਖਿਡਾਰੀ ਪੁੱਜੇ ਹੈ ਇਹਨਾਂ ਖਿਡਾਰੀਆਂ ਦੇ ਮਗਰ ਲੋਕ 20-50 ਹਜ਼ਾਰ ਰੁਪਇਆ ਚੱਕੇ ਫਿਰਦੇ ਹੈ ਤੇ ਅੱਜ ਕਹਿੰਦੇ ਪਿਆਰ ਖਿਡਾਰੀ ਪੁੱਜੇ ਹੈ ਇਹ ਮਾਣ ਵਾਲੀ ਗੱਲ ਹੈ ਕਿਉਂਕਿ ਯਾਰੀਆਂ ਨਿਭਾਉਣ ਦੇ ਲਈ ਇਹ ਪਲੇਅਰ ਪੁੱਜੇ ਆਪਾਂ ਸਾਰਿਆਂ ਦਾ ਧੰਨਵਾਦ ਕਰਾਂਗੇ ਜਿੰਨੇ ਵੀ ਪਲੇਅਰ ਜਿਹੜੇ ਅੱਜ ਉਮਰੀਆਣੇ ਨਗਰ ਦੇ ਵਿੱਚ ਪੁੱਜੇ ਹੈ ਕਿਉਂਕਿ ਜੇਕਰ ਇਕੱਲੇ ਪਲੇਅਰ ਦਾ ਜ਼ਿਕਰ ਕਰੀਏ ਤੇ ਗੱਲ ਬੜੀ ਲੰਬੀ ਪੈ ਜਾਂਦੀ ਹੈ ਆਪਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਨਾ ਵੀ ਰੌਲਾ ਨਹੀਂ ਪਾਉਣਾ ਕਿਉਂਕਿ ਪਿਆਰ ਦੇ ਨਾਲ ਕੋਈ ਗੱਲ ਨਹੀਂ ਰੈਫਰੀ ਕੋਈ ਰੱਬ ਨਹੀਂ ਹੁੰਦਾ ਪਰ ਆਪਾਂ ਦਿਲੋਂ ਫੈਸਲਾ ਜਿਹੜਾ ਸੱਚਾਈ ਕਰਾਂਗੇ ਦਿਲੋਂ ਫੈਸਲਾ ਜਿਹੜਾ ਇਹ ਸੱਚਾਈ ਕੀਤਾ ਜਾਂਦਾ ਹੈ ਪਰ ਆਹ ਦੇਖੋ ਸਾਹਮਣੇ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਉੱਥੇ ਸਾਡੇ ਅਫੀਸ਼ੀਅਲ ਵੀਰਾਂ ਦਾ ਧੰਨਵਾਦ ਹੈ ਬੁਲਾਰਿਆਂ ਦਾ ਧੰਨਵਾਦ ਹੈ ਦਰਸ਼ਕ ਵੀਰ ਜਿਹੜੇ ਦੇਖੋ ਅੱਜ ਕਬੱਡੀ ਨੂੰ ਟੱਕਣ ਲਈ ਪੁੱਜੇ ਹੈ ਇੱਕ ਪਾਸੇ ਸਾਹਮਣੇ ਦੇਖੋ ਨੌਜਵਾਨ ਹਰ ਆਪੋ ਆਪਣੇ ਉਦਮ ਦੇ ਨਾਲ ਟਰਾਈ ਕਰਦਾ ਹੈ ਕਾਲੇ ਨੇ ਪਹਿਲਾ ਜੱਫਾ ਲਾਇਆ ਸੀ ਤੇ ਲੋਕਾਂ ਨੇ ਤਾੜੀਆਂ ਮਾਰੀਆਂ ਪਰ ਹੁਣ ਦੇਖੋ ਸਾਹਮਣੇ ਨੌਜਵਾਨ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਸਾਡੇ ਸੰਤ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਉਹਨਾਂ ਦੀ ਟੀਮ ਦੀ ਦੇਖ ਰੇਖ ਕਰਨ ਵਾਲੇ ਜਸਵਿੰਦਰ ਕਲਸੀ ਜੀ ਸਾਡੇ ਆਪਣੇ ਮਿੱਤਰਾਂ ਦੇ ਨਾਲ ਪਹੁੰਚ ਚੁੱਕੇ ਸੀ ਦਿਲੋਂ ਧੰਨਵਾਦ ਕਰਾਂਗੇ ਤੇ ਟੈਂਟ ਵਾਲੇ ਵੀਰ ਨੂੰ ਬੇਨਤੀ ਹੈ ਸਟੇਜ ਦੇ ਉੱਤੇ ਪਹੁੰਚ ਕੇ ਸਾਡੇ ਪ੍ਰਬੰਧਕਾਂ ਦੇ ਨਾਲ ਸੰਪਰਕ ਕਰਨ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਟੈਂਟ ਵਾਲੇ ਵੀਰ ਸਾਡੇ ਲਾਗੇ ਹੀ ਰਹਿਣ ਕਿਉਂਕਿ ਕਦੇ ਵੀ ਉਹਨਾਂ ਦੀ ਲੋੜ ਪੈ ਸਕਦੀ ਪ੍ਰਬੰਧ ਛੋਟੇ ਪੈ ਜਾਣੇ ਮੈਨੂੰ ਪਤਾ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਇਸ ਖੇਡ ਮੇਲੇ ਦੀ ਐਡ ਹੋਈ ਹੈ ਆਪਾਂ ਧੰਨਵਾਦ ਕਰਾਂਗੇ ਸਾਰੀਆਂ ਸ਼ਖਸੀਅਤਾਂ ਦਾ ਇੱਥੇ ਪੁੱਜਣ ਤੇ ਮੁੱਢਲੇ ਪਾਸੇ ਵੇਖਾਂਗੇ ਮੈਦਾਨ ਦੇ ਵਿੱਚ ਅਮਰੀ ਨੇ ਨੰਬਰ ਆਪਣੀ ਟੀਮ ਲਈ ਜੋੜ ਦਿੱਤਾ ਹੈ ਤੇ ਅਗਲੀ ਕਬੱਡੀ ਪਾਉਣ ਲਈ ਡਾਕਟਰ ਮੈਦਾਨ ਦੇ ਵਿੱਚ ਵਾਧਾ ਗਗੜੇ ਪਿੰਡ ਵਾਲਾ ਡਾਕਟਰ ਦੀ ਪਾਈ ਹੋਈ ਕਬੱਡੀ ਹੈ ਜਿਹੜੇ ਪਿੰਡ ਦਾ ਬਿੱਲਾ ਕਹਿੰਦੇ 61 ਦਾ ਜੇਤੂ ਬਣਿਆ ਹੈ ਜਿਹੜੇ ਪਿੰਡ ਦੇ ਗੋਲੂ ਨੂੰ ਦੁਨੀਆਂ ਜਾਣਦੀ ਹੈ ਲਓ ਮੈਦਾਨ ਦੇ ਵਿੱਚ ਵੇਖਾਂਗੇ ਡਾਕਟਰ ਉਧਰਲੇ ਪਾਸੇ ਵੇਖਾਂਗੇ ਘੱਲਾਂ ਵਾਲਾ ਸੋਨਾ ਲਓ ਮੈਦਾਨ ਦੇ ਵਿੱਚ ਵੱਧ ਕੇ ਟਰਾਈ ਕਰਦਾ ਪਰ ਪੁਆਇੰਟ ਜਿਹੜਾ ਧਾਬੀ ਦਾ ਲਓ ਨੰਬਰ ਜਿਹੜਾ ਧਾਬੀ ਦਾ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਵੇਖਾਂਗੇ ਚੰਦਰਾਂ ਵਾਲਾ ਯੋਧਾ ਜਨੇਰ ਤੇ ਘੋਲੀਆਂ ਵਰੇ ਟੀਮਾਂ ਗਰਾਊਂਡ ਦੇ ਲਾਗੇ ਪੁੱਜਣ ਜਨੇਰ ਵਰਸੇ ਘੋਲੀਏ ਦਾ ਇਸ ਤੋਂ ਅਗਲਾ ਮੈਚ ਖੇਡਿਆ ਜਾਣਾ ਹੈ
लो सामने चंदना वाले मुंडे ने कहते थोड़े जे समय दे विच पूरी अपनी तैयारी कर ली, दुनिया के नक्शे ते पहुंच गया है। उत्थे जिन्नियां भी शख्सियतां पुज रही है इस समुचे नगर वालों उन्हां दा इत्थे पुजण ते वेलकम है जी आया खुशामदीद की जा रही है। जिन्नियां शख्सियतां अज इत्थे इस धरती उत्ते पहुंच रही ने, कुछ साढ़े यार विदेशों के बैठे कबड्डी 365 के उत्ते जुड़े बैठे है, वह भी बधाई भेज रहे पर धन्यवाद करांगे। लो सामने देखो हरबंस सिंह कालू की कबड्डी है, एक पासे देव सिंह प्रधान का पुत्र है, आओ देखो सामने मंगल पर आ देखो सामने नंबर धावी के हिस्से है, नंबर गगड़े की टीम ने अपने हिस्से जोड़ लिया है। हुण लोग अंदाजा लाउंदे होणगे भी दोहे टीम सिरे दीआं है, किहड़ी टीम ने जितना है। कुछ मुंडे कहते होणगे भी टीम जिहड़ी गगड़े की भी तकड़ी है, क्योंकि लुप्पो वाला भी तकड़े जफे लाउंदा है, पर दूसरे पासे घल्लां वाले ते भी लोग माण करदे है। एक पासे आ मुंडा काला पर दूसरे पासे अमली पत्तो वाला आ जांदा सामने, देखो अपनी टीम दे सिर नंबर जोड़दा होया है। चल भी नौजवाना पाक कबड्डी खेड दे मैदान दे विच है, क्यों आ गए बिच मैदान दे, देखो गभरू दुल्ले शेर लाउंदे पट्टा उत्ते छापियां होणे सन्ना वांगर भेड़, ओए धूड़ विच समाना दे उड़दी जद खेडन मर्द दलेर, इन्ना सौखा नहीं है तोड़ना यारो टीसी वाला पेर, करनियां सख्त मेहनतां पैंदियां जित किस्मत विच हुंदी फेर तारियां मार दे उपरी हुल के यफा लग चुकिया है। यह मनजिंदर कौकिया वाला मोटा अपनी टीम दे से बहुत ही तगड़ा नंबर जोड़दा आ, ए भी बिल्ले शेर खाड़ी आ मुंडे दी मुतले पासे वेखांगे मैदान दे विच खाई पिंड वाला दीपा कबड्डी पाउली वध लो पाई हुई कबड्डी दे इधरले पासे चार जाफिया गगड़े दी टीम दे कोट हिस्से गांदे लागे करके बसया होया पिंड है। उतले पासे डबल टच ते नंबर जिहड़ा वेखांगे धावी दा इहदे नाल ही मैच जिहड़ा समाप्त है। साढ़े नौ नंबर जड़े है गगड़े की टीम दे ते दो जफे लाए है गगड़े की टीम ने, ते तेरह नंबर लेके कला की टीम जेतू है, चार जफे लाए एक बार ताड़ी मार दो जे मैच वधिया लगा। वाहिगुरु जी खेड ग्राउंड पहला मैच तकिया ना कल कला विरोधी टीम गगड़े की जो दुनिया भर के स्टारा लैस फिर पुजे है खेडा खेड कबड्डी आन पंजाबिया इस दे विची वसदी लोको शान पंजाबियों दी कि झोटे वांगू पिड़ना हुंदा कम दलेरां दा आ खेड कबड्डी खेड़ना शौक पंजाबी शेरां दा। एक पासे कहिंदे कोलिया कलां ते जनेर दा जिहड़ा मैच शुरू हो जा रहा है जिहदे मगर कलां लग जावे वड्डा हो जांदा है ते जिहदे मगर खुरद लग जावे निक्का हो जांदा है। इह पिंड कहिंदे माणू कहिंदे लागे कोलिया कलां ते कोलिया खुरद लागो लागे पिंडा मंटी तुरां दा पिंडा नाल कहिंदे जनेर पिंड जीता दुनिया भर का स्टार भाली वर्गे उधर शक्तिमान हरप्रीत वर्गे साडे वीर चैना गज्जी वाली आ इह प्लेयर कहिंदे टीम पुज्जी है जनेरां दी गग्गू साडा वीर। अगला जिहड़ा मैच आ मलक ते बीजापुर दीआं टीमां तैयार रहणगीआं, मलक ते बीजापुर दीआं टीमां तैयार रहणगीआं। धन धन बाबा हामू शाह जी जिन्हां दीआं दुनिया गल्लां करदी आ, ओ दुनिया दा वडभागा बंदा जिस ते रहम तेरे दरदी आ। अज कहिंदे वड्डी कृपा ते पहली कबड्डी खेड ग्राउंड दे विच इह मुंडा कहिंदे जनेर वाला जीता कबड्डी पाउंदा है ते गल यार सतेरां वाला करू। लो मैच बड़ा वधिया दो टीमां दे दरमियान शुरू हो चुकिया है। उधर साडी जिंदगी दीआं बड़ियां सतिकारयोग शख्सियतां सरदार सरबजीत सिंह जी गादड़ी वाला पिंड प्रधान साहब उन्हां दे नाल दृश चली जी बलवीर सिंह जी मैंबर साहब होर बड़ियां प्यारियां शख्सियतां पहुंच चुकिया उन्हां नूं मैं सद्दा देवां स्टेज ते पहुंच जाण। सरदार सरबजीत सिंह जी जिन्हां दा नाम बड़े आदर दे नाल इस इलाके दे विच लिया जांदा है। हेलो हेलो मत्थू गलाल नाई इहनूं लदर मैच बड़ा तगड़ा दो टीमां दे दरमियान एक पासे आ मुंडा हैप्पी कंडियाल दी धरती दा आओ देखो सामने बल्ले 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 कोट करोड़ दा कीता
ਤੇ ਉਧਰ ਦੇਖੋ ਸਾਹਮਣੇ ਇਹ ਆ ਮੁੰਡਾ ਕਹਿੰਦੇ ਵੀਰੀ ਦੱਤੇ ਪਿੰਡ ਦਾ ਲੱਡੂ ਆ ਗਲਾਲ ਬਣਾ ਦੇ ਹੈਪੀ ਨੂੰ ਤੇਰੇ ਕੋਲੇ ਫਿਰਦਾ ਜਿਹੜਾ ਇਧਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਨੌਜਵਾਨ ਕਹਿੰਦੇ ਜੀਤਾ ਜਨੇਰ ਪਿੰਡ ਦਾ ਐਨ ਤੋੜੇ ਅਮਰਾਂ ਨੂੰ ਚੜੂ ਪੈਣੇ ਧਰਤੀ ਨੂੰ ਧੱਕੇ ਜਿਹਦੀ ਯਾਰੀ ਕੌਡੀ ਨਾਲ ਉਹਦੇ ਵੱਲ ਕਿਹੜਾ ਧੱਕੇ ਉਧਰ ਸਰਬਜੀਤ ਸਾਡਾ ਵੀਰ ਜਿਹੜਾ ਗਾਜੀ ਵਾਲਾ ਕਬੱਡੀ ਕਲੱਬ ਦੇ ਪ੍ਰਧਾਨ ਨੇ ਨਾਲ ਕਹਿੰਦੇ ਦ੍ਰਿਸ਼ ਅਲੀ ਸਾਹਿਬ ਦਾ ਸਤਿਕਾਰ ਕਰਦੇ ਹੈ ਜਸਵਿੰਦਰ ਕਲਸੀ ਕਹਿੰਦੇ ਕਰਿਆਲਾ ਅਕੈਡਮੀ ਦਾ ਕੋਚ ਪੁੱਜਿਆ ਹੋਇਆ ਨਾਲ ਕਹਿੰਦੇ ਯਾਰ ਕਰਮਾ ਤੇ ਨਾਲ ਸਾਡਾ ਵੀਰ ਸੰਘਾ ਸਿੰਘਿਆ ਵਾਲਾ ਲਾ ਦੇਖੋ ਆ ਮੁੰਡਾ ਕਹਿੰਦੇ ਚੰਦਰੀਵਾਰ ਦਾ ਝਾਫਾ ਇਹ ਦੁਨੀਆ ਮੰਨਦੀ ਯੋਰਾਂ ਨੂੰ ਲੱਖ ਲਾਹਣ ਤੇ ਕਮਜ਼ੋਰਾਂ ਨੂੰ ਇਹ ਦੁਨੀਆ ਮੰਨਦੀ ਯੋਰਾਂ ਨੂੰ ਲੱਖ ਲਾਹਣ ਤੇ ਕਮਜ਼ੋਰਾਂ ਨੂੰ ਕੰਡਿਆਲ ਪਿੰਡਾ ਭਾਲੀ ਨਾਮ ਆ ਇਹ ਮੁੰਡਾ ਵੀ ਕਹਿੰਦੇ 75 ਦਾ ਕਹਿੰਦੇ ਟੌਪ ਦਾ ਯਾਫੀ ਹੈ ਉਧਰ ਬਲਵੰਤ ਸੰਧੂ ਸਾਡਾ ਵੀਰ ਜਿਹਦੇ ਵੱਲੋਂ ਕਹਿੰਦੇ ਵਾਸ਼ਿੰਗ ਮਸ਼ੀਨਾਂ ਤਕਸੀਮ ਕੀਤੀਆਂ ਜਾਣੀਆਂ ਵਿਦੇਸ਼ਾਂ ਦੇ ਵਿੱਚ ਬੈਠੇ ਕਹਿੰਦੇ ਆਨੰਦ ਮਾਣਦੇ ਹੈ ਬਲਵੰਤ ਸੰਧੂ ਸਾਡਾ ਵੀਰ ਨਾਲ ਬੂਟਾ ਸੰਧੂ ਸਾਡਾ ਵੀਰ ਤੇ ਨਾਲ ਕਹਿੰਦੇ ਬਲਜਿੰਦਰ ਸੰਧੂ ਸਾਡੇ ਸਰਦਾਰ ਤੇਜਾ ਸਿੰਘ ਜੀ ਉਹਨਾਂ ਦੇ ਪੋਤਰੇ ਇਹਨਾਂ ਵੱਲੋਂ ਕਹਿੰਦੇ 31,000 ਦਾ ਵੱਡਾ ਸਹਿਯੋਗ ਸਵਰਗੀ ਸਰਦਾਰ ਮੁਖਤਿਆਰ ਸਿੰਘ ਇਹਨਾਂ ਦੇ ਪਰਿਵਾਰ ਵੱਲੋਂ ਕਹਿੰਦੇ 21,000 ਦਾ ਵੱਡਾ ਸਹਿਯੋਗ ਹੈ ਗੋਲਡੀ ਸਾਡਾ ਵੀਰ ਤੇ ਨਾਲ ਕਹਿੰਦੇ ਗੋਪੀ ਸੰਧੂ ਸਭ ਦਾ ਸਤਿਕਾਰ ਕਰਦੇ ਹੈ ਅਗਲੀ ਕਬੱਡੀ ਖੇਡ ਗਰਾਊਂਡ ਦੇ ਵਿੱਚ ਇਹ ਕਹਿੰਦੇ ਘੋਲੀਆ ਕਲਾ ਪਿੰਡਾਂ ਨੌਜਵਾਨ ਦਾ ਇਧਰਲੇ ਪਾਸੇ ਮਨਪ੍ਰੀਤ ਨੇ ਕਬੱਡੀ ਪਾਈ ਆ ਜਿਹੜੇ ਬੰਦੇ ਜ਼ਿਆਦਾ ਮਸ਼ਹੂਰ ਹੋ ਜਾਂਦੇ ਆ ਮਾੜਿਆ ਤੋਕਾ ਤੋਂ ਇੰਨੇ ਦੂਰ ਹੋ ਜਾਂਦੇ ਆ ਰੱਬ ਬਖਸ਼ ਦੇਵੇ ਜੇ ਸੁਗਾਤ ਯੋਧਿਆ ਬੰਦਾ ਭੁੱਲ ਕਾਹ ਤੋਂ ਜਾਂਦਾ ਔਕਾਤ ਯੋਧਿਆ ਰਾਬੀ ਕਰਾਉਂਦਾ ਧੁੱਗੀ ਘੈਣ ਲੰਘੇ ਆਣੀਆਂ ਜਦੋਂ ਬੰਦੇ ਵਿੱਚ ਆਉਂਦੀ ਮੈਂ ਲੰਘੇ ਆਣੀਆਂ ਜਦੋਂ ਬੰਦੇ ਵਿੱਚ ਆਉਂਦੀ ਮੈਂ ਲੰਘੇ ਆਣੀਆਂ ਉਧਰੀ ਜੀ ਸੱਚੀ ਬੋਲੀ ਆ ਨਾ ਇਹ ਗੀਤਾ ਕੋਟ ਕਰੋੜ ਦਾ ਇਸ ਸਮੇਂ ਬੋਲ ਗਿਆ ਇੱਕ ਪਾਸੇ ਰੰਡਿਆਲੇ ਦਾ ਸੋਨੀ ਆ ਤੇ ਬਾਬਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਆ ਸੁਖਦੇਵ ਖੋਸਾਈ ਆਪਾਂ ਬੂਟਾ ਕੋਚ ਜਾਂਦਾ ਸੱਦੇ ਵਾਲੀਆ ਸਭ ਦਾ ਸਤਿਕਾਰ ਕਰਦੇ ਹੈ ਗੁਰਮੁਖ ਸੋਢੀ ਵਾਲਾ ਮੇਰੀ ਬੰਬ ਬੁੱਕੀ ਪਿੰਡਰ ਰਣਜੀਤ ਦੌਲੀ ਸਭ ਦਾ ਸਤਿਕਾਰ ਹੈ ਮੇਰੀ ਵੀਰ ਇਧਰ ਕਹਿੰਦੇ ਵਰਿੰਦਰ ਸਿੰਘ ਨਾਮ ਆ ਘੋਲੀਆ ਕਲਾਂ ਪਿੰਡਾ ਮੁੰਡਾ ਕਹਿੰਦੇ ਇਸ ਸਮੇਂ ਛੋਟੀ ਜੀ ਵਰੇ ਹੈ ਇਸ ਸਮੇਂ 17 ਸਾਲਾਂ ਦਾ ਮੁੰਡਾ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਵਿੱਚ ਇਧਰ ਪਾਈ ਹੋਈ ਕਬੱਡੀ ਰਣ ਜਿੱਤਣ ਨੂੰ ਸੂਰਮਾ ਹਮੇਸ਼ਾ ਰਹੇ ਤਿਆਰ ਉਹਦੀ ਯਿੱਧ ਹਮੇਸ਼ਾ ਮਿੱਤਰੋ ਜਿਹੜਾ ਪਹਿਲਾਂ ਕਰਜੇ ਵਾਰ ਉਹਦੀ ਯਿੱਧ ਹਮੇਸ਼ਾ ਮਿੱਤਰੋ ਜਿਹੜਾ ਪਹਿਲਾਂ ਕਰਜੇ ਵਾਰ ਇਹ ਕੌਣ ਹੈ ਕੰਡਿਆਲ ਵਾਲਾ ਭਾਲੀ ਮੇਰੇ ਵੀਰੋ ਕੰਡਿਆਲ ਵਾਲਾ ਭਾਲੀ ਇਸ ਸਮੇਂ ਯਫਾ ਲਾ ਬੱਲੇ ਬੱਲੇ ਕਰਵਾਈ ਹੈ ਧੂੜਾ ਪੱਟੀ ਜਾਂਦੇ ਆ ਜਿਹਨਾਂ ਦੁੱਧ ਮਾਵਾਂ ਦਾ ਪੀਤਾ ਯਾਰੋ ਫੜਦੇ ਸੌਖੇ ਨੀ ਦੁੱਲਾ ਬਿੱਲਾ ਤੇ ਕੋਈ ਜੀਤਾ ਯਾਰੋ ਫੜਦੇ ਸੌਖੇ ਨੀ ਦੁੱਲਾ ਬਿੱਲਾ ਤੇ ਕੋਈ ਜੀਤਾ ਮਲਕ ਤੇ ਬੀਜਾਪੁਰ ਦੀ ਜਿਹੜੀ ਟੀਮ ਹੈ ਨਾ ਅਗਲੇ ਮੈਚ ਲਈ ਖੇਡ ਗਰਾਊਂਡ ਦੇ ਵਿੱਚ ਆ ਜਾਵੇ ਮਲਕ ਤੇ ਬੀਜਾਪੁਰ ਨਾਲ ਆਪਾਂ ਸਤਿਕਾਰ ਕਰਦੇ ਹਾਂ ਡਾਕਟਰ ਕਿੱਕਰ ਸਿੰਘ ਉਮਰੀਆਣਾ ਬਾਕੀ ਕਹਿੰਦੇ ਜਿਹੜਾ ਦਸਾਂ ਪਿੰਡਾਂ ਨੂੰ ਸਹਿਯੋਗ ਹੈ ਇਸ ਟੂਰਨਾਮੈਂਟ ਦੇ ਵਿੱਚ ਵੀ ਭਾਵੇਂ ਕਹਿੰਦੇ ਗੱਲ ਥੰਮਣ ਵਾਲੀ ਹੋਵੇ ਭਾਵੇਂ ਮੇਸਰੀ ਦਾ ਕਬੱਡੀ ਕੱਪ ਹੋਵੇ ਤੇ ਭਾਵੇਂ ਕਹਿੰਦੇ ਖੁਖਰਾਣੇ ਦਾ ਕਬੱਡੀ ਕੱਪ ਹੋਵੇ ਬਾਕੀ ਡਾਕਟਰ ਕਿੱਕਰ ਦੀ ਜਿਹੜੀ ਪਰਚੀ ਹੈ ਨਾ 5,111,000 ਦੀ ਹੁੰਦੀ ਹੈ ਅੱਜ ਵੀ ਵੱਡੇ ਮਾਣ ਬਖਸ਼ੇ ਆ ਬਾਬਾ ਬਲਦੇਵ ਜੀ ਸਾਡਾ ਵੀਰ ਗੁਰਮੇਲ ਸਰਪੰਚ ਉਹਦਾ ਵੀ ਧੰਨਵਾਦ ਕਰਦੇ ਹਾਂ ਨਾਲ ਸਾਡੇ ਵੀਰ ਬਲਵੰਤ ਸੰਧੂ ਜੀ ਇੱਥੇ ਸਰਦਾਰ ਸੂਬਾ ਸਿੰਘ ਜੀ ਸੰਧੂ ਤੇ ਨਾਲ ਆਪਾਂ ਸਤਿਕਾਰ ਕਰਾਂਗੇ ਸਰਦਾਰ ਦਰਸ਼ਨ ਸਿੰਘ ਸੰਧੂ ਸਭ ਦਾ ਸਤਿਕਾਰ ਹੈ ਲਾ ਦੇਖੋ ਸਾਹਮਣੇ ਸੱਜੇ ਖੱਬੇ ਖੱਬੇ ਸੱਜੇ ਤੇ ਅੰਕ ਗੱਗੂ ਇਸ ਸਮੇਂ ਜਨੇਰ ਵਾਲਾ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੈ ਲਾ ਇਧਰਲੇ ਪਾਸੇ ਕਹਿੰਦੇ ਵਰਿੰਦਰ ਨੇ ਫਿਰ ਕਬੱਡੀ ਪਾਈ ਹੈ ਇੱਕ ਪਾਸੇ ਕਹਿੰਦੇ ਮੁੰਡਾ ਚੈਣਾ ਰੱਜੀ ਵਾਲਾ ਪਿੰਡਾ ਜਦੋਂ ਜਾਈਏ ਨਾ ਮੋਗੇ ਤੋਂ ਕੋਟ ਨੂੰ ਰਸਤੇ ਵਿੱਚ ਪਿੰਡ ਆਉਂਦਾ ਜਨੇਰ ਤੇ ਜਨੇਰ ਤੋਂ ਕਹਿੰਦੇ ਸੜਕ ਨਿਕਲਦੀ ਆ ਰੱਜੀ ਵਾਲਾ ਪਿੰਡ ਆ ਮੁੰਡੇ ਦਾ ਇਹ ਚੈਣਾ ਰੱਜੀ ਵਾਲੀ ਆ ਉਧਰ ਕਹਿੰਦੇ ਜੀਤਾ ਜਨੇਰਾ ਦੀ ਧਰਤੀ ਦਾ ਕਬੱਡੀ ਪਾ ਰਿਹਾ ਇਹ ਮੁੰਡਾ ਵੀ ਕਹਿੰਦੇ ਜਿਹੜਾ ਕਬੱਡੀ ਦਾ ਆਉਣ ਵਾਲੇ ਸਮੇਂ ਦਾ ਸਟਾਰ ਬਣਨਾ ਇਸ